सतनाम। श्री वाहिगुरु साहिब जी, बाणी गुरु गुरु है बाणी, विच बाणी अमृत सारे, गुर बाणी कह सेवक जन मानै, प्रतख गुरु निस्तारे, लोग जानै एहो गीत है, एह तो ब्रह्म विचार, ज्यो कांशी उपदेश हुए, मानस मरती बार, कोई गावे को सुने, हर नामा चित लाए, कहो कबीर संसा नहीं, अंत परम गत पाए, सतगुर की जिसनो मत आवे, सो सतगुर माहे समाना, एह बाणी जो जियहु जाने, तिस अंतर रवे हर नामा, पहरों कबीर जियो अष्टपदी, कर दूजा एक ओंकार, सतगुर प्रसाद, कोट सूर जाके प्रगास, कोट महादेव अर कबिलास, कोट सूर जाके प्रगास, कोट महादेव अर कबिलास, दुर्गा कोट जाके मर्दन करे, ब्रह्मा कोट वेद उचरा, जो जाचो तो केवल राम, आन देव स्यो नाहीं काम, रहाओ कोट चंद्र में करह चराक, सुर तेती सौ जीव है पाक, नवग्रह कोट ठाडे दरबार, परम कोट जाके प्रतिहार, पवन कोट चौबारे फिरह,
बासक कोट सेज बिस्तर है। समुंद कोट जाके पानी हार, रोमावल कोट अठार है पार। कोट कमीर पर है पंडार, कोटक लक्ष्मी करे शिंगार। कोटक पाप पुन्न बहु हिर है, इंद्र कोट जाके सेवा कर है। छप्पन कोट जाके प्रतिहार, नगरी नगरी खेत अपार। लट छूटी वर्त बिकराल, कोटक लाखे लै गोपाल। लट छूटी वर्त बिकराल, कोट कला खेल गोपाल। कोट जग जाके दरबार, गंधर्व कोट करह जयकार। विद्या कोट सब है गुण कहे, तौ पार ब्रह्म का अंत नाल है। बावन कोट जाके रोमावली, रावण सेना जहते छली। सहस कोट बहु कहत पुराण, दुर्योधन का मथिया मान। गंधर्व कोट जाके लवे न तरह, अंतर अंतर मन साहर है। कह कबीर सुन सारंग पान, देह अपै पद मांगौ दान। कह कबीर सुन सारंग पान, देह अपै पद मांगौ दान। वाहिगुरु जी का खालसा, वाहिगुरु जी की फतेह। पैरों राग अंदर श्रोमणी भगत कबीर साहब जी दे ए पावन शब्द जिस दे सरवण करवा रहे हैं भाई साहब भाई सरबजीत सिंह जी लुधियाना वाले। आओ बड़े प्यार अदब श्रद्धा भावना दे नाल सतगुरु जी की इस पावन बाणी की विचार सरवण करिए जी। दिल्ली सिख गुरद्वारा प्रबंधक कमेटी वालों आने वाले दिनों विच 7 नवंबर नू मीरी पीरी दे मालक सतगुरु श्री गुरु हरगोबिंद साहब जी का बंदी छोड़ दिवस इसे पावन अस्थान ते सोदर दे पाठ तो लैके रात 11:30 बजे तक
ਬੜੀ ਸ਼ਰਧਾ ਉਮਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਹਾਜ਼ਰੀਆਂ ਭਰ ਕੇ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇ ਮਾਲਕ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਬਖਸ਼ਿਸ਼ ਕਰਕੇ ਇਸ ਸੰਸਾਰਿਕ ਪਦਾਰਥਵਾਦੀ ਮਾਹੌਲ ਵਿੱਚੋਂ ਸਤਸੰਗਤ ਦੀਆਂ ਅਮੁੱਲਕ ਘੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਬਾਲਾ ਪ੍ਰੀਤਮ ਸਤਿਗੁਰੂ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ 'ਤੇ ਸਤਿਗੁਰੂ ਜੀ ਦੇ ਹਜ਼ੂਰ ਆਸਾ ਕੀ ਵਾਰ ਕੇ ਸੰਪੂਰਨ ਸ਼ਬਦ ਕੀਰਤਨ ਗੁਰੂ ਪਿਆਰੇ ਕੀਰਤਨੀਆਂ ਸਿੰਘਾਂ ਪਾਸੋਂ ਆਪਣੀਆਂ ਨੇ ਸਰਵਣ ਕੀਤੇ ਹਨ। ਉਪਰੰਤ ਲੜੀਵਾਰ ਚੱਲ ਰਹੀ ਪਾਵਨ ਗੁਰਸ਼ਬਦ ਵਿਚਾਰ ਦੇ ਤਹਿਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਭਗਤ ਕਬੀਰ ਸਾਹਿਬ ਜੀਆਂ ਦਾ ਉਚਾਰਨ ਕੀਤਾ ਹੋਇਆ ਭੈਰੋਂ ਰਾਗ ਅੰਦਰ ਅਸ਼ਟਪਦੀਆਂ ਦੇ ਸਿਰਲੇਖ ਹੇਠ ਇੱਕ ਸੰਪੂਰਨ ਸ਼ਬਦ ਦਾ ਪਾਠ ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਸਰਵਣ ਕੀਤਾ ਹੈ। ਆਓ ਸਤਿਗੁਰਾਂ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਆਪਣੀ ਸੁਰਤ ਜੋੜੀਏ ਔਰ ਅਰਦਾਸ ਕਰੀਏ। ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤਰਸ ਕਿਰਪਾ ਕਰੋ, ਸਤਿਗੁਰੂ ਆਪਣੀ ਪਾਵਨ ਬਾਣੀ ਦਾ ਅੰਤਰੀ ਭਾਵ
ਸਾਡੇ ਕਹਿਣ ਅਤੇ ਸੁਣਨ ਵਾਲਿਆਂ ਦੇ ਹਿਰਦੇ ਵਿੱਚ ਵਸੇ ਤਾਂ ਜੋ ਨਿਰੰਕਾਰ ਰੂਪ ਬਾਣੀ ਦੇ ਨਾਲ ਸੁਰਤ ਜੋੜ ਕੇ ਆਪਣਾ ਜੀਵਨ ਜਨਮ ਸਫਲ ਹੋ ਸਕੇ। ਕਿਉਂਕਿ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ ਕਿ ਆਪਾਂ ਸ਼ਬਦ ਵਿੱਚ ਸੁਰਤ ਜੋੜ ਸਕੀਏ, ਆਪਣੇ ਵੱਸ ਦੀ ਗੱਲ ਨਹੀਂ। ਕੋਈ ਬੰਦਾ ਆਪਣੇ ਮਨ ਨੂੰ, ਸੁਰਤ ਨੂੰ ਅਤੇ ਬੁੱਧ ਨੂੰ ਘੜ ਸਕੇ। ਸਰੀਰ ਨੂੰ ਸਵਾਰਨਾ ਆਪਣੇ ਹੱਥ ਹੈ। ਤੁਸੀਂ ਬਾਹਰੋਂ ਆਪਣੇ ਸਰੀਰ ਨੂੰ ਸੋਹਣਾ ਬਣਾਉਣ ਵਾਸਤੇ ਵਧੀਆ ਕੱਪੜੇ ਪਹਿਨੇ ਜਾ ਸਕਦੇ ਨੇ, ਕੋਈ ਬਨੌਟੀ ਪਾਰਲਰ ਕੀਤਾ ਜਾ ਸਕਦਾ ਹੈ, ਆਪਣੇ ਆਪ ਨੂੰ ਮਨੁੱਖ ਸਰੀਰ ਸਵਾਰ ਸਕਦਾ ਹੈ। ਪਰ ਜਦੋਂ ਗੱਲ ਸੁਰਤ ਸਵਾਰਨ ਦੀ ਆਏਗੀ ਫਿਰ ਬੰਦੇ ਦੇ ਵੱਸ ਦੀ ਗੱਲ ਨਹੀਂ, ਫਿਰ ਗੁਰੂ ਹੀ ਸਵਾਰ ਸਕਦਾ। ਸਰੀਰ ਸਵਰਿਆ ਹੋਇਆ ਸੰਸਾਰ ਵਿੱਚ ਮਾਣ ਪਾਉਂਦਾ, ਲੋਕ ਵੇਖ ਕੇ ਕਹਿੰਦੇ ਨੇ ਬੜਾ ਸੁੰਦਰ ਹੈ, ਵੇਖ ਕੇ ਕਹਿਣਗੇ ਬਹੁਤ ਸੋਹਣੀ ਦਸਤਾਰ ਸਜਾਈ ਹੈ, ਬੜਾ ਸੋਹਣਾ ਸਰੂਪ ਲੱਗਦਾ, ਸਰੀਰ ਬਲਸ਼ਾਲੀ ਹੈ, ਖੁਰਾਕ ਨਾਲ ਖਾਧਿਆ ਹੋਇਆ ਉਹ ਸਰੀਰ ਤਾਕਤਵਰ ਨਜ਼ਰ ਆਉਂਦਾ। ਸਵਾਰਿਆ ਹੋਇਆ ਸਰੀਰ ਦੁਨੀਆਂ ਵਿੱਚ ਸੋਭਾ ਪਾਉਂਦਾ, ਪਰ ਸਾਧ ਸੰਗਤ ਤੇ ਸੋਭਾ ਸਹਿਜੇ ਸਹਿਜੇ ਸਰੀਰਾਂ ਦੀ ਘੱਟ ਜਾਂਦੀ ਹੈ। ਵਕਤ ਪਾ ਕੇ ਸਰੀਰ ਦੀ ਤਾਕਤ ਵੀ ਘਟੇਗੀ, ਵਕਤ ਪਾ ਕੇ ਸਰੀਰ ਦਾ ਹੁਸਨ ਵੀ ਘਟੇਗਾ, ਵਕਤ ਪਾ ਕੇ ਸਰੀਰ ਦੀ ਸੁੰਦਰਤਾ ਘਟ ਜਾਏਗੀ, ਕਿਉਂਕਿ ਇਹ ਮਨੁੱਖ ਨੇ ਸਵਾਰਿਆ ਹੋਇਆ। ਰੱਬ ਦੇ ਸਵਾਰੇ ਉੱਤੇ ਇਹਨੂੰ ਬਨੌਟੀ ਹੋਰ ਪਾਰਲਰ ਕੀਤਾ ਗਿਆ, ਹੋਰ ਸੁਣਾਇਆ। ਜਦੋਂ ਸੁਰਤ ਸਵਾਰਨ ਦੀ ਗੱਲ ਆਏਗੀ ਉਹ ਬੰਦੇ ਦੇ ਵੱਸ ਦੀ ਗੱਲ ਨਹੀਂ, ਉਹ ਸੁਰਤ ਸਿਰਫ ਤੇ ਸਿਰਫ ਗੁਰੂ ਘੜ ਸਕਦਾ। ਜਿਹਦੀ ਸੁਰਤ ਘੜੀ ਜਾਏ ਚੇਤੇ ਰੱਖਿਓ, ਉਹ ਲੋਕ ਵਿੱਚ ਸੋਭਾ ਪਾਉਂਦਾ, ਉਹ ਬੁੱਢੇ ਹੋਣ ਤੱਕ ਮਾਣ ਪਾਉਂਦਾ, ਉਹ ਸਰੀਰ ਮਰਨ ਤੋਂ ਬਾਅਦ ਵੀ ਉਹਨਾਂ ਦਾ ਨਾਮ ਸੋਭਾ ਵਿੱਚ ਰਹਿੰਦਾ, ਵਡਿਆਈ ਵਿੱਚ ਰਹਿੰਦਾ। ਸੰਸਾਰ ਤੇ ਸਰੀਰ ਮਾਇਆ ਦੀ ਸੋਭਾ ਚਾਰ ਦਿਨਾਂ ਦੀ ਹੈ, ਦਸਾਂ ਵੀਹਾਂ ਸਾਲਾਂ ਬਾਅਦ ਉੜ ਜਾਂਦੀ ਹੈ। ਸੁਰਤ ਘੜੀ ਹੋਈ ਕਿਸੇ ਦੀ ਸੁਰਤ ਸੋਹਣੀ ਹੋ ਜਾਏ, ਜਿਹਨੂੰ ਮਹਾਰਾਜ ਨੇ ਕਿਹਾ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹਨਾਂ ਨੂੰ ਗੁਰੂ ਨੇ ਸੁਰਤ ਕਰਕੇ ਸੋਹਣੇ ਬਣਾਇਆ, ਉਹ ਸਰੀਰ ਕਰਕੇ ਮਰਨ ਤੋਂ ਬਾਅਦ ਵੀ ਉਹਨਾਂ ਦਾ ਨਾਮ ਸੋਭ ਨੀਕ ਰਿਹਾ, ਵਡਿਆਈ ਵਾਲਾ ਰਿਹਾ। ਤਾਂਹੀਓ ਮਹਾਰਾਜ ਬਾਣੀ ਅੰਦਰ ਕਹਿਣਗੇ ਕਿਸ ਯੁਗ ਮੈਂ ਸ਼ੋਭਾ ਨਾਮ ਕੀ, ਬਿਨ ਨਾਵੇ ਸ਼ੋਭ ਨਾ ਹੋਏ। ਮਹਾਰਾਜ ਫਿਰ ਅੱਜ ਜਿਹੜੀ ਦੁਨੀਆਂ ਸੋਭਾ ਚੱਕੀ ਫਿਰਦੀ ਅਸੀਂ ਸਾਰੇ ਹੀ, ਫਿਰ ਸਤਿਗੁਰੂ ਨਿਰਣਾ ਦਿੱਤਾ ਇਸ ਗੱਲ ਨੇ। ਤਾਂ ਮਹਾਰਾਜ ਕਹਿੰਦੇ ਸ ਯੁਗ ਮੈਂ ਸੋਭਾ ਨਾਮ ਕੀ, ਬਿਨ ਨਾਵੇ ਸੋਭ ਨਾ ਹੋਏ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਇਹ ਤੇ ਚਾਰ ਦਿਨ ਦੀ ਹੈ, ਅੱਜ ਹੈ ਤੇ ਪੰਜਾਂ ਦਸਾਂ ਸਾਲਾਂ ਨੂੰ ਨਹੀਂ ਰਹੇਗੀ। ਅੱਜ ਤੰਦਰੁਸਤੀ ਹੈ, ਮਾਫ ਕਰਿਓ, ਸਰੀਰ ਸੋਹਣਾ ਲੱਗਦਾ, ਕੱਲ ਰੋਗ ਲੱਗ ਜਾਏ ਤਾਂ ਹੁਸਨ ਗੁਆਚ ਜਾਂਦਾ। ਸੋ ਸੁਰਤ ਜਦੋਂ ਸ਼ੁੱਧ ਹੁੰਦੀ ਉਹ ਫਿਰ ਕਿਵੇਂ ਸ਼ੁੱਧ ਹੋਵੇ? ਤਾਂ ਮਹਾਰਾਜ ਨੇ ਕਿਹਾ ਜਿੱਥੇ ਤੂੰ ਆ ਕੇ ਬਹਿ ਗਿਆ ਗੁਰੂ ਦੀ ਚਰਨ ਸ਼ਰਨ ਵਿੱਚ ਰੋਜ਼ ਬੈਠ, ਇੱਥੇ ਤਿੰਨ ਚੀਜ਼ਾਂ ਘੜੀਆਂ ਜਾਣਗੀਆਂ ਜਿਹਨੂੰ ਮਹਾਰਾਜ ਰੋਜ਼ ਅੰਮ੍ਰਿਤ ਵੇਲੇ ਯਾਦ ਕਰਾਉਂਦੇ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਇੱਥੇ ਸੁਰਤ ਘੜੀ ਜਾਂਦੀ ਹੈ, ਸੁਰਤ ਸ਼ੁੱਧ ਹੁੰਦੀ ਹੈ, ਇੱਥੇ ਮਨ ਸ਼ੁੱਧ ਹੁੰਦਾ, ਇੱਥੇ ਮਨੁੱਖ ਦੀ ਮਤ ਔਰ ਬੁੱਧ ਸ਼ੁੱਧ ਕੀਤੀ ਜਾਂਦੀ ਹੈ। ਮਾਫ ਕਰਿਓ, ਜਿਹਨਾਂ ਦੀ ਮਤ ਬੁੱਧ ਮਨ ਤੇ ਸੁਰਤ ਸ਼ੁੱਧ ਨਾ ਹੋਵੇ ਉਹਨਾਂ ਨੂੰ ਮਹਾਰਾਜ ਨੇ ਕਿਹਾ ਬਾਹਰੋਂ ਸੋਹਣੇ ਦਿਸਣਗੇ ਪਰ ਅਸਲੀਅਤ ਵਿੱਚ ਬਿਨ ਨਾਵੇ ਜੱਗ ਕਮਲਾ ਫਿਰੇ, ਨਾਮ ਤੋਂ ਬਗੈਰ ਲੋਕ ਕਮਲਾ ਗਏ ਨੇ। ਮਾਇਆ ਦੇ ਲਾਲਚ ਦੇ ਅੰਦਰ, ਵਿਕਾਰਾਂ ਅੰਦਰ ਡੁੱਬੇ ਹੋਏ ਵੱਡੇ ਵੱਡੇ ਸਿਆਣੇ ਮਨੁੱਖ ਜਿਨ੍ਹਾਂ ਕੋਲ 25-25 ਸਾਲ ਦਾ ਤਜਰਬਾ, ਆਪਣੀ ਪੱਤ ਗੁਆ ਕੇ ਬਹਿ ਗਏ ਦੁਨੀਆਂ ਵਿੱਚ, ਜਿਨ੍ਹਾਂ ਨੂੰ 1.5-1.5 ਲੱਖ ਲੋਕ ਮੱਥਾ ਟੇਕਦੇ ਸੀ ਇੱਕ ਦਿਨ ਵਿੱਚ, ਅੱਜ ਉਹਨਾਂ ਦੀ ਸੋਭਾ ਵਡਿਆਈ ਨਹੀਂ ਰਹੀ, ਅੱਜ 1 ਲੱਖ ਤੋਂ ਇੰਨਾ ਗਿਰ ਗਏ ਜਿਨ੍ਹਾਂ ਨੂੰ ਇੱਕ ਦਿਨ ਵਿੱਚ 1.5 ਲੱਖ ਲੋਕ ਮੱਥਾ ਟੇਕਦੇ ਹੋਣ। ਸਾਧ ਸੰਗਤ ਅੱਜ ਉਹ 4-4 ਰੁਪਏ ਉੱਤੇ ਫੁੱਲਾਂ ਦੀਆਂ ਕਿਆਰੀਆਂ ਜੇਲ੍ਹ ਵਿੱਚ ਬਹਿ ਕੇ ਗੁੱਡਦੇ ਨੇ। ਕਾਰਨ ਇੱਕੋ ਹੀ ਹੈ ਕਿ ਉਹ ਸੁਰਤ ਕਰਕੇ ਘੜੇ ਨਹੀਂ ਗਏ, ਸਰੀਰ ਬਾਹਰੋਂ ਬਹੁਤੇ ਘੜ ਲੈਂਦੇ ਨੇ। ਜਿੱਥੇ ਆਪਾਂ ਬੈਠੇ ਇੱਥੇ ਸੁਰਤ ਘੜਨ ਵਾਸਤੇ,
और जिहड़ी चीज कढ़ानी होवे जिहड़ा कपड़ा सवाना होवे वह दर्जी नूं देना पैंदा है। जिहनूं कपड़े नूं रंगीजना होवे रंग कराउणा उह ललारी नूं देना पैंदा है। जिन्हें रोग हटाना होवे उन्हों तन रोग एडमिट करके डॉक्टर के हवाले करना पैंदा है। डॉक्टर टैबलेट दवे इंजैक्शन दवे ट्रिप लावे और डॉक्टर ने वेखना किवें इलाज करना है। सिखा सुरत कढ़ाउणी चाहुंदे गुरु अगे अरदास कर सतगुरु आ मन मेरा लै लो इहनूं कट दिओ। ताइयों महाराज ने कहा बेच दे गुरु अगे मन बेचै सतगुर के पास तिस सेवक के कारज रास। महाराज बेचना क्यों ऐ नहीं हो सकता वे घड़ी काहे आ उदों तुसी रख लो फिर वापस कर दो। हजूर ने कहा बेचना इस वास्ते है जिहड़ी चीज उंज दित्ती जावे उत्ते अधिकार जमाउंदा है बंदा कि मैं दित्ती है वापस भी लै सकदा। जिहड़ी चीज बेची जावे जदों तुसी किसे चीज की रजिस्ट्री कर देंदे हो उहदे उत्ते लिखिया जांदा है खरीददार इहनू बेचे लीज ते दवे रेंट ते दवे किराए ते दवे वह हक हकूक सब कुछ उहदे हवाले हुंदे ने। सिखा मन गुरु अगे बेचणा है हाथ जोड़ के कह सतगुरु ये मन लै लो इहनू शुद्ध कर दिओ क्योंकि जो इस मन विच चलदा है वह जाते वह शरीर जाणदा है जां फिर गुरु जाणदा है। जो कुछ मन के अंदर चल रहा है वह बुरियां चीजां गुरु जाणदा है ते सतगुरां कहा दुनिया तो तू छुपा के रखदे छुपाउणा चाहीदा लोकां विच नशर हो जाए किसी का औगण उहनूं दुनिया विच वडियाई सोभा नहीं मिलदी। भलिया गुरु कोलों छुपा नहीं सकदा दिल की गुझी गल गुरु नूं कह दिया कर गुरु ने सुरत करके रख देनी पर थोड़ा औखा लगना है। औखा की है जी बड़ी रोचक गाथा एक मैनूं याद आई कहिंदे ने एक पत्थर की बड़ी सुंदर मूर्ति घड़ी गई कई महीनों विच उस मूर्ति के घाड़े ने उन्हूं घड़िया तैयार होया लखां रुपइयां विचों बिकी है फिर उन्हूं बहुत सुंदर सजे हुए सोने की पालकी मंदिर में सुशोभित करता। जदों उस मूर्ति का पहले दिन निर्माण करके सुशोभित किया गया तो उस दिन हजारां लोग लखां वेखण आए उन्हूं दुध का इशनान कराया उहदे गल विच फुल्लां की माला पाई जा रही है उन्हूं नमस्कारां कीतियां जा रही ने उहदे अगे हजारां रुपए की भेटा चढ़ाई जा रही है। साध संगत तो मूर्ति थोड़ी उच्ची सी प्रबंधकां इक उपराला कीता इस मूर्ति के गल विच हार पाना औखा है थोड़ा घट मधरे शरीर ले तो उन्हें उपराला कर दिता एक पत्थर का छोटा जिहा टुकड़ा वह घट के थोड़ा जिहड़ा डेढ़ दो फुट उच्चा सी वह चौरस पत्थर अगे रख दिता जिवें पौडा बना देना जिन्हें मूर्ति नूं हार पाउणा है वह पौडे ते खलो के पावे जिन्हें मूर्ति नूं भेटा चढ़ाउणी है वह पौडे दे पत्थर उत्ते चढ़दा पैर रख के हार पाउंदा नमस्कार करदा वह मूर्ति की पूजा हो रही सी मान सत्कार हो रहा सी। जदों लोग शामां नूं सब मत्था टेक के चले गए मंदिर खाली हो गया बाद में साध संगत तो विद्वान लिखदा है वह मूर्ति वाला पत्थर ते पैरां विच पए पत्थर का संवाद हो गया थोड़ा झगड़ा हो गया आपस में। साध संगत हुण यह संवाद है इनू विद्वान करा देंदे ने पर दूजा पक्ष समझो यह भी सच है बहुत सारिया चीजा निरजिंद नहीं वह बोल दिया ने। हाँ बंदे की सुरत सुनने विच गहरी हो जाए फिर तुहानू बोलदा सुनाई देगा उंज आपां कहांगे पत्थर किवें बोल पिया जी पत्थर की गलबात किवें हो गई। जदों सुरत किसी की गहरी हो जाएगी तुहानू पत्थर चों आवाज सुनाई दे सकती है इहदे विच कोई शक नहीं। रब दियां बनाईयां चीजां तुरदियां ने वधदियां ने बोलदियां ने इहनूं खगोल भूगोल विज्ञान ने मन लिया पत्थर विच किते जिंद है उह वध है कईआं थां ते पत्थर वध है पिया। हजूर ने कहा तैनूं सुनना आ जाए फिर ते गुरु ग्रंथ साहिब महाराज की बाणी में संवाद होया है कि जो बोलत है मृग मीन पंखेरू सो बिन हर जापत है नहीं होर। मृग मीन पंखेरू पंछी बोलते इतों अगे महाराज ने एक गल होर कही कि हर हट पी तू तू कर हल्ट बोलद
ਉੱਥੇ ਸੰਵਾਦ ਕਰਾਇਆ, ਸੁਰਤ ਗਹਿਰੀ ਹੋ ਜਾਏ ਬਹੁਤ ਕੁਝ ਬੋਲ ਸਕਦਾ, ਤੁਹਾਨੂੰ ਪੱਤਿਆਂ ਦੀ ਆਵਾਜ਼ ਸੁਣਾਈ ਦੇਵੇਗੀ, ਤੁਹਾਨੂੰ ਭਾਸ਼ਾ ਸੁਣਾਈ ਦੇਵੇਗੀ, ਫਿਰ ਉਹ ਕਹਾਣੀ ਅੱਗੇ ਸ਼ੁਰੂ ਹੁੰਦੀ ਜਿਹਨੂੰ ਕਿਹਾ ਘੱਟ ਘੱਟ ਮੈਂ ਹਰ ਜੂ ਵਸੈ, ਜਿਹਨੂੰ ਕਿਹਾ ਸਰਬ ਵਿਆਪਕ ਹੈ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੁੱਧ ਮੈਂ ਘੀਆ ਉੱਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ। ਖੈਰ ਮੈਂ ਆਪਣੇ ਵਿਸ਼ੇ ਚ ਰਵਾਂ। ਜਦੋਂ ਉਸ ਪੱਥਰ ਤੇ ਮੂਰਤੀ ਦੇ ਪੱਥਰ ਦਾ ਸੰਵਾਦ ਹੋਇਆ ਨਾ, ਲੋਕੀ ਰਾਤ ਨੂੰ ਚਲੇ ਗਏ, ਮੰਦਰ ਬੰਦ ਹੋ ਗਿਆ, ਦੋਵੇਂ ਪੱਥਰ ਗੱਲ ਕਰਦੇ ਨੇ, ਪੈਰਾਂ ਵਿੱਚ ਪਿਆ ਪੱਥਰ ਕਹਿੰਦਾ ਹੈ ਤੇ ਤੂੰ ਵੀ ਮੇਰੀ ਜਾਤ ਦਾ ਹੀ, ਆਪਣੀ ਜਾਤ ਇੱਕ ਹੈ ਪਰ ਤੇਰੀ ਪੂਜਾ ਹੁੰਦੀ ਹੈ, ਤੇਰੇ ਗਲ ਚ ਹਾਰ ਪੈਂਦੇ ਨੇ, ਤੈਨੂੰ ਭੇਟਾ ਰੱਖੀ ਜਾ ਰਹੀ, ਮੇਰੇ ਉੱਤੇ ਲੋਕ ਪੈਰ ਰੱਖ ਕੇ ਤੇਰੇ ਗਲ ਵਿੱਚ ਹਾਰ ਪਾਉਂਦੇ ਨੇ, ਤੇਰਾ ਇੰਨਾ ਮਾਣ ਸਤਿਕਾਰ ਹੈ, ਮੇਰਾ ਮਾਣ ਨਹੀਂ ਇੰਨਾ ਹੋ ਸਕਦਾ, ਜਾਤ ਤਾਂ ਇੱਕੋ ਹੀ ਦੋਵਾਂ ਦੀ ਪੱਥਰ। ਤਾਂ ਕਹਿੰਦੇ ਘੜੀ ਹੋਈ ਮੂਰਤੀ ਨੇ ਇੱਕ ਗੱਲ ਕਹੀ, ਤੇਰਾ ਵੀ ਮਾਣ ਹੋ ਸਕਦਾ, ਤੇਰੇ ਗਲ ਵਿੱਚ ਵੀ ਹਾਰ ਪੈ ਸਕਦੇ ਨੇ, ਤੇਰੀ ਸੋਭਾ ਵਡਿਆਈ ਹੋ ਸਕਦੀ ਹੈ, ਤੈਨੂੰ ਵੀ ਚੰਦਨ ਦੇ ਤਿਲਕ ਲੱਗ ਸਕਦੇ ਨੇ, ਤੇਰੇ ਪੈਰਾਂ ਵਿੱਚ ਵੀ ਲੋਕ ਮੱਥਾ ਟੇਕ ਸਕਦੇ ਨੇ। ਉਹ ਪੱਥਰ ਨੇ ਕਿਹਾ ਕਿਵੇਂ? ਉਹਨੇ ਕਿਹਾ ਫਿਰ ਇੱਕ ਗੱਲ ਹੈ, ਮੇਰੀ ਤਰ੍ਹਾਂ ਤੈਨੂੰ ਘੜਨਾ ਪੈਣਾ ਹੈ, ਜੇ ਤੂੰ ਘੜਨ ਵਾਸਤੇ ਤਿਆਰ ਹੈ ਤਾਂ, ਜੇ ਤੂੰ ਆਪਣਾ ਆਪ ਕਢਾਉਣਾ ਚਾਹੁੰਦਾ ਫਿਰ ਤੇਰੀ ਵਡਿਆਈ ਹੋ ਸਕਦੀ ਹੈ। ਉਹਨੇ ਕਿਹਾ ਮੈਂ ਤਿਆਰ ਹਾਂ। ਕਹਿੰਦੇ ਨੇ ਅਗਲੇ ਦਿਨ ਇਹ ਕਲਾ ਵਰਤੀ ਉਹ ਵਿਦਵਾਨ ਲਿਖਦਾ ਇਸ ਤਰ੍ਹਾਂ ਲਿਖਣ ਵਾਲਾ ਕਿ ਦੋ ਘਾੜੇ ਬੰਦੇ ਆ ਗਏ, ਹੱਥ ਵਿੱਚ ਟਿੱਸੀ ਹਥੋੜੀ ਪਕੜੀ ਹੈ, ਸ਼ਹਿਣੀ ਪਕੜੀ ਹੈ, ਜਦੋਂ ਉਸ ਪੱਥਰ ਨੂੰ ਘੜਨ ਲੱਗੇ ਨੁੱਕਰ ਰੱਖ ਕੇ ਸ਼ਹਿਣੀ ਦੀ ਬੜੀ ਜ਼ੋਰ ਨਾਲ ਹਥੋੜਾ ਮਾਰਿਆ, ਇੱਕ ਚਿੱਪਰ ਪੱਥਰ ਦੀ ਲੈ ਕੇ ਉਹ ਗਈ, ਉਹਦੀ ਆਹ ਨਿਕਲੀ। ਉਹਨੇ ਕਿਹਾ ਬੜਾ ਔਖਾ ਕੰਮ ਹੈ, ਇਹ ਦਰਦ ਮੈਂ ਨਹੀਂ ਸਹਾਰ ਸਕਦਾ, ਇਹ ਪਤਾ ਨਹੀਂ ਕਿੰਨੇ ਮਹੀਨੇ ਸ਼ਹਿਣੀ ਦੀਆਂ ਚੋਟਾਂ ਮਾਰਦੇ ਰਹਿਣ, ਕਿੰਨੇ ਮਹੀਨੇ ਮੇਰੀਆਂ ਅੱਖਾਂ ਨੱਕ ਜੇਬਾਂ ਕੰਨ ਬਣਾਉਂਦੇ ਰਹਿਣ, ਇਹ ਤੇ ਬੜਾ ਦਰਦ ਵਾਲਾ ਕੰਮ ਹੈ, ਮੈਂ ਇਹ ਨਹੀਂ ਸਹਾਰ ਸਕਦਾ। ਉਹ ਪੱਥਰ ਦੀ ਮੂਰਤੀ ਨੇ ਕਿਹਾ ਸੱਜਣਾ, ਜੇ ਦਰਦ ਨਹੀਂ ਸਹਾਰ ਸਕਦਾ ਤੇ ਹਾਰ ਵੀ ਨਹੀਂ ਪੈਣੇ, ਫਿਰ ਗਲ ਵਿੱਚ ਹਾਰ ਵੀ ਉਹਨਾਂ ਦੇ ਪੈਂਦੇ ਨੇ, ਸਨਮਾਨ ਮਾਣ ਸ਼ੋਭਾ ਸਤਿਕਾਰ ਵੀ ਉਹਨਾਂ ਦਾ ਹੁੰਦਾ ਜਿਹੜੇ ਕਢਾਉਣ ਵਾਸਤੇ ਘੜਨ ਲਈ ਤਿਆਰ ਹੋਣ ਤੇ ਦਰਦ ਸਹਿਣ ਲਈ ਤਿਆਰ ਹੋਵੇ। ਸਿੱਖਾ, ਗੁਰੂ ਨੇ ਤੇਰੀ ਸੁਰਤ ਘੜਨੀ ਹੈ, ਅੰਮ੍ਰਿਤ ਵੇਲੇ ਉੱਠਣਾ ਦਰਦ ਲੱਗਦਾ, ਇਹ ਸਹਿਣਾ ਪੈਣਾ ਘੜਿਆ ਜਾਏਗਾ। ਜਪਜੀ ਸਾਹਿਬ ਰੋਜ਼ ਪੜ੍ਹਨਾ ਔਖਾ ਪਰ ਇਸ ਦਰਦ ਨੂੰ ਸਹਾਰ ਲਈ ਘੜਿਆ ਜਾਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਤ ਰੱਖਣੀ ਔਖੀ ਹੈ, ਵਿਸ਼ਿਆਂ ਵਿਕਾਰਾਂ ਤੋਂ ਬਚਣਾ ਦਰਦ ਹੈ, ਇਹਨੂੰ ਸਹਾਰ ਲਈ ਘੜਿਆ ਜਾਏਗਾ। ਜਿੱਦਣ ਗੁਰੂ ਦੀ ਰਹਿਤ ਵਿੱਚ ਘੜਿਆ ਗਿਆ ਦਰਦ ਤੇ ਹੁੰਦਾ ਪਰ ਹਾਰ ਗਲ ਵਿੱਚ ਜ਼ਰੂਰ ਪੈਣਗੇ, ਸੋਭਾ ਜ਼ਰੂਰ ਮਿਲੇਗੀ, ਵਡਿਆਈ ਮਿਲੇਗੀ, ਪਰ ਕਢਾਉਣਾ ਹੀ ਔਖਾ ਆਪਣੇ ਆਪ ਨੂੰ, ਇਹ ਕੰਮ ਸਭ ਤੋਂ ਔਖਾ। ਤਾਂਹੀਓ ਮਹਾਰਾਜ ਨੇ ਕਿਹਾ ਆਖਣੇ ਔਖਾ ਸੱਚਾ ਨਾਉ। ਭਾਈ ਬੜਾ ਔਖਾ ਕੰਮ ਹੈ, ਵਿਖਾਵੇ ਮਾਤਰ ਪੂਜਾ ਕਰਨੀ ਹੋਰ ਗੱਲ ਹੈ, ਰੱਬ ਨੂੰ ਮਿਲਣ ਵਾਸਤੇ ਪੂਜਾ ਕਰਨੀ ਬਹੁਤ ਔਖੀ ਹੈ। ਵਿਖਾਵੇ ਲਈ ਕਹੋਗੇ ਚਾਰ ਘੰਟੇ ਵੀ ਬਹਿ ਲਓਗੇ, ਵਿਖਾਵੇ ਇੱਥੇ ਤੁਸੀਂ ਮੈਨੂੰ ਵੇਖ ਰਹੇ ਹੋ, ਟੀਵੀ ਚੱਲ ਰਿਹਾ, ਲੋਕ ਸੁਣ ਰਹੇ ਨੇ, ਇੱਥੇ ਡੇਢ ਘੰਟਾ ਬਹਿ ਕੇ ਬੋਲਿਆ ਜਾ ਸਕਦਾ, ਪਰ ਮਾਫ ਕਰਿਓ ਕੌੜੀ ਸੱਚਾਈ ਹੈ, ਕੱਲਿਆਂ ਬਹਿ ਕੇ ਡੇਢ ਘੰਟੇ ਸਿਮਰਨ ਕਰਨਾ ਬਿਲਕੁਲ ਔਖਾ, ਇਹ ਬਹੁਤ ਔਖਾ, ਇੰਨਾ ਦਰਦ ਹੁੰਦਾ ਪਰ ਕੋਈ ਬਹਿਲੇ ਤੇ ਘੜਿਆ ਵੀ ਜਾਂਦਾ, ਵਿਖਾਵੇ ਲਈ ਪੂਜਾ ਹੋ ਜਾਂਦੀ ਹੈ, ਕੋਈ ਵੇਖਦਾ ਹੋਵੇ। ਇੱਕ ਸੰਨਿਆਸੀ ਭੋਰੇ ਵਿੱਚ ਬਹਿੰਦਾ ਤੇ 40 ਦਿਨ ਉਹ ਪੂਰੇ ਸਾਲ ਵਿੱਚ ਵਰਤ ਰੱਖਦਾ, ਭੁੱਖਾ ਰਹਿੰਦਾ, ਸਿਰਫ ਪਾਣੀ ਦੇ ਆਸਰੇ। ਜਦੋਂ 40 ਦਿਨਾਂ ਬਾਅਦ ਉਹ ਭੋਰੇ ਚੋਂ ਬਾਹਰ ਆਉਂਦੇ ਨਾ, ਹਜ਼ਾਰਾਂ ਲੋਕ ਉਹਦੇ ਲਈ ਤਰ੍ਹਾਂ ਤਰ੍ਹਾਂ ਦੇ ਭੋਜਨ ਲਿਆਉਂਦੇ ਨੇ, ਇਕੱਲੇ ਇਕੱਲੇ ਦਾ ਇੱਕ ਇੱਕ ਚਮਚਾ ਖੀਰ ਦਾ ਭੋਗ ਲਾਉਂਦਾ, ਉਹ ਲੋਕ ਕਹਿੰਦੇ ਨੇ ਮੁਰਾਦਾਂ ਲੈ ਕੇ ਆਉਂਦੇ ਨੇ, ਜਿਹਦੇ ਥਾਲ ਚੋਂ ਸੰਨਿਆਸੀ ਭੋਗ ਲਾ ਜਾਏ ਉਹਦੀ ਇੱਛਾ ਪੂਰੀ ਹੁੰਦੀ, ਕਿਉਂ ਉਹਨੇ 40 ਦਿਨ ਤਪ ਕੀਤਾ। ਜਦੋਂ ਉਹਨੇ ਵੇਖਿਆ ਲੋਕ ਜ਼ਿਆਦਾ ਆਉਣ ਲੱਗ ਪਏ, ਥਾਲ ਜ਼ਿਆਦਾ ਆਉਂਦੇ ਨੇ, ਸਾਰਿਆਂ ਦੇ ਥਾਲਾਂ ਚੋਂ ਖਾਧਾ ਨਹੀਂ ਜਾਂਦਾ, ਇੰਨੀ ਪੂਜਾ ਇੰਨੀ ਪ੍ਰਤਿਸ਼ਠਾ, ਤੇ ਸੰਨਿਆਸੀ ਨੇ ਸਾਲ ਵਿੱਚ 2 ਸ਼ਿਫਟਾਂ ਕਰਤੀਆਂ। ਉਹਨੇ ਕਿਹਾ ਹਰ 6 ਮਹੀਨਿਆਂ ਬਾਅਦ ਬੈਠਾਂਗਾ ਭੋਰੇ 'ਚ, 40 ਦਿਨ ਭੁੱਖਾ ਬਹਿੰਦਾ, ਸਾਲ ਵਿੱਚ 2 ਸ਼ਿਫਟਾਂ ਹੋਣ ਲੱਗ ਪਈਆਂ, ਲੋਕਾਂ ਦੀ ਭੀੜ ਹੋਰ ਵੱਧ ਗਈ, ਚਰਚਾ ਹੋਰ ਵੱਧ ਗਈ, ਸੰਗਤ ਦਾ ਟਿਕਾਊ ਹੋਰ ਰਸ਼ ਵੱਧ ਗਿਆ, ਵਡਿਆਈ ਹੋਣ ਲੱਗ ਪਈ। ਇੱਕ ਸੱਜਣ ਨੇ ਕਿਹਾ ਉਹ ਸੱਜਣੋ ਮੂਰਖ ਨਾ ਬਣੋ, ਇਹ ਬੰਦਾ ਭੋਰੇ ਵਿੱਚ ਭੁੱਖਾ ਨਹੀਂ ਜੇ ਰਹਿੰਦਾ ਖਾਂਦਾ, ਲੋਕ ਉਹਦੇ ਵਿਰੋਧੀ ਹੋ ਗਏ, ਤੂੰ ਝੂਠ ਬੋਲਦੇ,
ਇਹਦਾ ਪਹਿਰਾ ਲੱਗ ਕੇ ਵੇਖਿਆ, ਇਹ ਬਿਲਕੁਲ ਕੁਝ ਨਹੀਂ ਖਾਂਦਾ, 40 ਦਿਨ ਭੁੱਖਾ ਰਹਿੰਦਾ, ਸਿਰਫ ਪਾਣੀ ਦਾ ਘੁੱਟ ਪੀਂਦਾ, ਤਾਂ 40 ਦਿਨਾਂ ਬਾਅਦ ਹਜ਼ਾਰਾਂ ਲੋਕ ਉਹਦੇ ਲਈ ਭੋਜਨ ਲਿਆਉਂਦੇ ਨੇ, ਪੈਸਾ ਚੜ੍ਹਦਾ, ਇਹ ਕੁਝ ਵੀ ਨਹੀਂ ਖਾਂਦਾ, ਕਹਿਣ ਵਾਲੇ ਨੇ ਕਿਹਾ ਉਹ ਭੋਜਨ ਨਹੀਂ ਖਾਂਦਾ, ਇਹ ਸੱਚ ਹੈ, ਭੁੱਖਾ ਰਹਿੰਦਾ, ਖਾਲੀ ਪਾਣੀ ਪੀਂਦਾ, ਪਦਾਰਥ ਨਹੀਂ ਖਾਂਦਾ 40 ਦਿਨ, ਬਿਲਕੁਲ ਭੁੱਖਾ ਰਹਿੰਦਾ, ਪਰ ਇਹਨੂੰ ਭੁੱਖਾ ਨਾ ਜਾਣੋ, ਇਹ ਲੋਕਾਂ ਦੀ ਸੋਭਾ ਵਡਿਆਈ ਹੰਕਾਰ ਖਾਂਦਾ, ਇਹ ਹੋਮੇ ਦੇ ਆਸਰੇ ਜਿਉਂਦਾ। ਜਦੋਂ ਇਸ ਚਲੀਸੇ ਤੋਂ ਬਾਅਦ ਇਹ ਭੋਰੇ ਤੋਂ ਬਾਹਰ ਨਿਕਲੇ ਨਾ, ਕੋਈ ਥਾਲ ਲੈ ਕੇ ਨਾ ਆਇਓ, ਕੋਈ ਹਾਰ ਲੈ ਕੇ ਨਾ ਆਇਓ, ਕੋਈ ਇਹਦਾ ਸਤਿਕਾਰ ਕਰਨ ਨਾ ਆਇਓ, ਫਿਰ ਵੇਖਦੇ ਕਿਵੇਂ ਜਿਉਂਦਾ। ਸੱਚਮੁੱਚ ਇਸੇ ਤਰ੍ਹਾਂ ਹੋਇਆ, ਉਹਨਾਂ ਸੱਜਣਾ ਰੋਕ ਦਿੱਤਾ। ਜਦੋਂ ਚਾਲੀਸਾ ਪੂਰਾ ਹੋਇਆ, ਉਹ 40 ਦਿਨਾਂ ਬਾਅਦ ਭੋਰਿਓਂ ਬਾਹਰ ਆਇਆ, ਲੋਕੀ ਸਭ ਰੋਕ ਦਿੱਤੇ, ਕੋਈ ਥਾਲ ਨਹੀਂ, ਕੋਈ ਫੁੱਲਾਂ ਦੀ ਮਾਲਾ ਨਹੀਂ, ਕੋਈ ਸਤਿਕਾਰ ਕਰਨ ਵਾਲਾ, ਭੋਰੇ ਤੋਂ ਬਾਹਰ ਨਿਕਲਿਆ, ਖਾਲੀ ਪੰਡਾਲ ਵੇਖਿਆ, ਮੇਰਾ ਸਨਮਾਨ ਸਤਿਕਾਰ ਕੋਈ ਨਹੀਂ ਕਰਨ ਆਇਆ, ਨਾ ਕੋਈ ਭੋਜਨ ਨਾ ਪ੍ਰਸ਼ਾਦਾ। ਕਹਿੰਦੇ ਸੰਨਿਆਸੀ ਵੇਖ ਕੇ ਬੇਹੋਸ਼ ਹੋ ਗਿਆ, ਕਿਉਂਕਿ ਉਹ ਖਾਂਦਾ ਸੀ। ਅੱਜ ਭੁੱਖ ਨਾਲ ਬੇਹੋਸ਼ ਇਸ ਲਈ ਹੋਇਆ, ਹੰਕਾਰ ਨਹੀਂ ਉਹਨੂੰ ਮਿਲਿਆ। ਲੋਕਾਂ ਦਾ ਬਹੁਤਾ ਇਕੱਠ ਵੀ ਬੰਦੇ ਨੂੰ ਹੋਮੇ ਵਿੱਚ ਲੈ ਜਾਂਦਾ। ਧਰਮ ਦੇ ਕਰਮ ਜਦੋਂ ਬਖਾਵੇ ਮਾਤਰ ਕੀਤੇ ਜਾਣ, ਮਾਫ ਕਰਿਓ, ਉਹ ਕਈ ਕਈ ਦਿਨ ਕੀਤੇ ਜਾ ਸਕਦੇ ਨੇ, ਜਿੱਦਣ ਸਿਰਫ ਰੱਬ ਨਾਲ ਜੁੜ ਕੇ ਕੀਤਾ ਜਾਏ ਉਹਨੂੰ ਔਖਾ ਕਿਹਾ। ਆਖਣ ਔਖਾ ਸੱਚਾ ਨਾਉ, ਇਕੱਲੇ ਬਹਿ ਕੇ ਵਾਹਿਗੁਰੂ ਜਪੋਗੇ ਔਖਾ, ਪਰ ਜਦੋਂ ਜਪ ਲਓਗੇ ਨਾ, ਕਿਸੇ ਦੀ ਸੁਰਤ ਘੜੀ ਜਾਏ, ਫਿਰ ਉਹ ਸੱਚਮੁੱਚ ਜਨਮ ਤੋਂ ਬਾਅਦ ਮਰਨ ਤੋਂ ਬਾਅਦ ਵੀ ਪੂਜਾ। ਉਹਨੂੰ ਮਹਾਰਾਜ ਨੇ ਕਿਹਾ ਇਹ ਲੋਕ ਸੁਖੀਏ ਕਿਹਨਾਂ ਦੇ, ਜਿਹਨਾਂ ਸੁਰਤ ਗੁਰੂ ਨੂੰ ਕਢਾਣੀ ਦੇ ਦਿੱਤੀ, ਜਿਹਨਾਂ ਗੁਰੂ ਦੇ ਪ੍ਰੇਮ ਵਿੱਚ ਜਪਿਆ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਕਿਉਂਕਿ ਉਹਨੇ ਰੱਬ ਨੂੰ ਮਿਲਣ ਵਾਸਤੇ ਆਰਾਧਨਾ ਕੀਤੀ, ਲੋਕਾਂ ਦੀ ਵਡਿਆਈ ਵਾਸਤੇ ਨਹੀਂ। ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਇਹ ਬੜੀ ਵਿਸ਼ਾਲਤਾ ਸੰਸਾਰ ਦੇ ਅੰਦਰ ਫੈਲਾ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਮਨੁੱਖ ਦੇ ਹਰ ਪ੍ਰਕਾਰ ਦੀ ਈਗੋ ਦਾ ਨਾਸ਼ ਕੀਤਾ, ਹੰਕਾਰ ਨੂੰ ਮਿਟਾਉਣ ਦਾ ਯਤਨ ਕੀਤਾ, ਹਰ ਪ੍ਰਕਾਰ ਦੀ ਭਾਵ। ਭਾਵੇਂ ਵਿਦਵਾਨਾਂ ਨੇ ਦੋ ਪ੍ਰਕਾਰ ਦੀ ਹੋਵੇ ਮੰਨੀ, ਅਸਥੂਲ ਤੇ ਸੂਖਮ। ਅਸਥੂਲ ਜਿਹੜੀ ਦਿਸਦੀ ਹੈ ਬਾਹਰੋਂ, ਸੂਖਮ ਜਿਹੜੀ ਬਾਹਰੋਂ ਹੱਥ ਜੋੜ ਕੇ ਦਾਸ ਕਹਿੰਦਾ, ਪਰ ਅੰਦਰ ਬੜੀ ਵੱਡੀ ਹੋਮੇ ਹੈ, ਅੰਦਰੋਂ ਦਾਸ ਨਹੀਂ ਹੈ, ਉਹਨੂੰ ਸੂਖਮ ਕਹਿੰਦੇ। ਜਦੋਂ ਇਹਦੀ ਵਿਆਖਿਆ ਕਰੋਗੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ 8 ਪ੍ਰਕਾਰ ਦੀ ਈਗੋ ਆਈ ਹੈ ਪੜ੍ਹਨ ਵਿੱਚ, ਤੁਸੀਂ ਹੋਰ ਪੜੋਗੇ ਤੁਹਾਨੂੰ ਵੱਧ ਵੀ ਮਿਲੇਗਾ, ਦਾਵਾ ਕੋਈ ਨਹੀਂ ਇਸ ਗੱਲ। ਕਰੀਬਨ 8 ਪ੍ਰਕਾਰ ਦੀ ਹੋਮੇ ਮਹਾਰਾਜ ਨੇ ਬਾਣੀ ਅੰਦਰ ਕਹੀ ਹੈ। ਇੱਕ ਹੋਮੇ ਉਹ ਕਿਸੇ ਨੂੰ ਆਪਣੇ ਸਰੀਰ ਦੀ ਹੋਮੇ ਹੋਣੀ, ਉਹਨੂੰ ਫਿਜ਼ੀਕਲੀ ਈਗੋ ਕਹਿੰਦੇ ਨੇ, ਸੋਹਣਾ ਹੋਣਾ, ਬਲਸ਼ਾਲੀ ਹੋਣਾ। ਹਜ਼ੂਰ ਨੇ ਕਿਹਾ ਤੈਨੂੰ ਭੁਲੇਖਾ ਪੈ ਗਿਆ ਕਿ ਤੂੰਓ ਇਕੱਲਾ ਸੋਹਣਾ, ਤੈਨੂੰ ਭੁਲੇਖਾ ਕਿ ਤੂੰਓ ਬਲਸ਼ਾਲੀ। ਇਸ ਧਰਤੀ ਉੱਤੇ ਬਹੁਤ ਵੱਡੇ ਵੱਡੇ ਬਲਸ਼ਾਲੀ ਹੋਏ, ਜਿਨ੍ਹਾਂ ਨੂੰ ਮਹਾਰਾਜ ਰੋਜ਼ ਚੇਤੇ ਕਰਾ ਕੇ ਸਾਡੀ ਸੁਰਤ ਨੂੰ ਕਹਿੰਦੇ ਨੇ, ਵੀਰ ਅਪਾਰ ਵੱਡੇ ਬਰਿਆਰ, ਅਬਚਾਰ ਸਾਰ ਕੀ ਧਾਰ ਪਛਈਆ, ਤੋਰਤ ਦੇ ਸਮਲਿੰਦਮ ਵਾਸਨ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜਨ ਹਾਰ, ਸੋ ਬਤਨ ਹੀ ਚੱਕ ਚਾਰ ਲਵਈਆ। ਪਰ ਗੱਲ ਪਤਾ ਕਿੱਥੇ ਮੁਕਾਈ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਂਚਕ ਅਨੇਕ ਸੋ ਏਕ ਦਵਈਆ। ਤੂੰ ਯਾਦ ਰੱਖ, ਸਾਰਿਆਂ ਦੇ ਸਿਰ ਤੇ ਇੱਕੋ ਨਾਇਕ ਰੱਬ ਹੈ, ਉਹਦੇ ਅੱਗੇ ਝੁਕਿਆ ਕਰੋ, ਮਾਣ ਨਾ ਕਰ ਬਲ ਦਾ, ਤੇਰੇ ਵਰਗੇ ਬੜੇ ਬਲਸ਼ਾਲੀ ਹੋਏ। ਫਿਜ਼ੀਕਲੀ ਈਗੋ, ਫੈਮਿਲੀ ਈਗੋ, ਕਿਸੇ ਦੇ ਅੰਦਰ ਪਰਿਵਾਰਵਾਦ ਦਾ ਹੰਕਾਰ ਹੋਣਾ, ਮੇਰਾ ਪਰਿਵਾਰ ਬਹੁਤ ਵੱਡਾ, ਮੇਰੇ ਪਰਿਵਾਰ ਦੇ ਮਗਰ ਇੰਨੇ ਚੀਜ਼ ਨੇ, ਜਿਨ੍ਹਾਂ ਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ। ਰਾਵਣ ਨੂੰ ਤੇ ਹੰਕਾਰ ਹੋਇਆ ਨਾ ਇਸ ਗੱਲ ਦਾ, 1,00,000 ਪੂਤ 1,25,000 ਨਾਤੀ, ਤੇ ਰਾਵਣ ਘਰ ਦੀਆ ਨਾ ਬੱਤੀ। ਫੈਮਿਲੀ ਈਗੋ ਹੋਣੀ, ਪਰਿਵਾਰ ਬਹੁਤ ਵੱਡਾ, ਅਮੀਰ ਬਹੁਤ, ਫਾਈਨੈਂਸ਼ੀਅਲੀ ਈਗੋ ਪੈਦਾ ਹੋਣੀ, ਮੇਰੇ ਕੋਲ ਪ੍ਰੋਪਰਟੀ ਬਹੁਤ ਹੈ, ਪੈਸਾ ਬਹੁਤ ਹੈ। ਉਹ ਤੋਂ ਬਾਅਦ ਸੋਸ਼ਲ ਈਗੋ, ਮੇਰਾ ਸਮਾਜ ਬਹੁਤ ਵੱਡਾ, ਮੇਰੇ ਮਗਰ ਲੋਕ ਬਹੁਤ ਨੇ, ਮੇਰੀ ਬਰਾਦਰੀ ਬਹੁਤ ਵੱਡੀ, ਇਸ ਗੱਲ ਦਾ ਅਹੰਕਾਰ ਪੈਦਾ ਹੋ। ਇਹ 8-10 ਪ੍ਰਕਾਰ ਦੀ ਈਗੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਪੜ੍ਹ ਲਿਓ, ਜਿਹਨੂੰ ਮਹਾਰਾਜ ਕਹਿਣਗੇ ਜਾਤ ਦਾ ਗਰਭ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਸੋਸ਼ਲ ਈਗੋ, ਔਰ ਮਾਫ ਕਰਿਓ, ਰਿਲੀਜੀਅਸ ਈਗੋ, ਤੁਸੀਂ ਹੈਰਾਨ ਹੋਵੋਗੇ, ਧਰਮ ਦੀ ਵੀ ਈਗੋ ਹੁੰਦੀ ਹੈ, ਲੋਕਾਂ ਦੇ ਅੰਦਰ ਧਾਰਮਿਕ ਈਗੋ ਹੈ। ਸਾਡੇ ਧਰਮ ਦੀ ਚਰਚਾ ਬੜੀ ਹੈ, ਸਾਡੇ ਧਰਮ ਵਿੱਚ ਆਹ ਕੁਝ ਹੁਣ, ਸਾਡੇ ਧਰਮ ਵਿੱਚ ਲੋਕਾਂ ਨੂੰ ਪੈਸਾ ਦਿੱਤਾ ਜਾਂਦਾ, ਸਾਡੇ ਧਰਮ ਵਿੱਚ ਆਹ ਹੁਣ, ਇਹਨੂੰ ਕਹਿੰਦੇ ਨੇ ਇੱਕ ਰਿਲੀਜੀਅਸ ਈਗੋ ਪੈਦਾ ਹੋਣਾ।
ਸਤਿਗੁਰ ਜੀ ਨੇ ਸਾਰੇ ਤਰ੍ਹਾਂ ਦੀ ਹੋਮੇ ਦਾ ਜ਼ਿਕਰ ਕੀਤਾ। ਇੰਨੀ ਗੱਲ ਕਹਿ ਕੇ ਕਿ ਕਬੀਰ ਗਰਬ ਨਾ ਕੀਜੀਐ, ਜਿਹੜੀ ਪੰਕਤੀ ਯਾਦ ਹੋਵੇ ਨਾਲ ਪੜਿਓ, ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਅੱਜ ਕੱਲ ਤਜ ਜਾਹੋਂਗੇ ਜਿਉਂ ਕੰਚੁਰੀ ਪੋਏ ਅੰਗ। ਸੱਪ ਕੁੰਜ ਛੱਡ ਜਾਂਦਾ ਫਿਰ ਸੋਹਣਾ ਨਹੀਂ ਉਹ ਲੱਗਦਾ। ਇਸ ਲਈ ਸਰੀਰ ਸੁਰੰਗ ਦੀ ਬਹੁਤੀ ਹੋਮੇ ਨਾ ਕਰੀ, ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ, ਅੱਜ ਕੱਲ ਪੋਏ ਲਿਟਣਾ ਉੱਪਰ ਜੰਮੇ ਘਾਸ। ਕਬੀਰ ਗਰਬ ਨਾ ਕੀਜੀਐ ਰੰਕ ਨਾ ਸੀਏ ਕੋਏ, ਅਜੂ ਸੋ ਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਤੇਰੀ ਬੇੜੀ ਸਮੁੰਦਰ ਚ ਹੈ, ਕਿਸੇ ਗਰੀਬ ਵੱਲ ਵੇਖ ਕੇ ਹੱਸੀ ਨਾ, ਅਜੇ ਪਤਾ ਨਹੀਂ ਤੇਰੇ ਨਾਲ ਕੀ ਹੋਣਾ, ਅੱਜ ਵਡਿਆਈ ਹੈ ਕੱਲ ਨੂੰ ਪਤਾ ਨਹੀਂ ਕੀ ਹੋ ਜਾਏ, ਇਸ ਲਈ ਹੰਕਾਰ ਨਾ ਕਰ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਹਰ ਪ੍ਰਕਾਰ ਦੀ ਈਗੋ ਬੰਦੇ ਦੇ ਅੰਦਰੋਂ ਹੰਕਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਹੰਕਾਰ ਟੁੱਟ ਜਾਏ, ਨਿਰੰਕਾਰ ਪ੍ਰਗਟ ਹੈ ਸਾਰਿਆਂ ਵਿੱਚ ਹੀ, ਫਿਰ ਉਹ ਵਿਸ਼ਾਲ ਤੱਕ ਕਿਵੇਂ ਮਹਾਰਾਜ ਨੇ ਪ੍ਰਗਟ ਕੀਤੀ। ਜਿਹੜਾ ਅੱਜ ਦਾ ਸ਼ਬਦ ਹੈ ਉਹਦੇ ਵਿੱਚ ਮਹਾਰਾਜ ਨੇ ਕਿਹਾ, ਇੱਕ ਨਾਲ ਜੋੜ, ਇਕੱਲੇ ਇਕੱਲੇ ਦੇਵਤਿਆਂ ਦੇ ਚੱਕਰ 'ਚ ਨਾ ਪੈ, ਕਰੋੜਾਂ ਦੇਵਤੇ ਏਦਾਂ ਦੇ ਰੱਬ ਦੇ ਦਰ ਤੇ ਖੜੇ ਨੇ, ਮੰਗਣਾ ਤਾਂ ਇੱਕ ਤੋਂ ਮੰਗ, ਨਹੀਂ ਤੇ ਫਿਰ ਕਈ ਭਾਗਾਂ ਵਿੱਚ ਵੰਡਿਆ ਜਾਏਗਾ। ਆਹ ਦਾਤ ਮੇਰੇ ਕੋਲੋਂ ਲੈ ਲਾ, ਫਲਾਨੇ ਕੋਲੋਂ ਲੈ ਲਾ, ਏਦਾਂ ਲੋਕਾਂ ਨੇ, ਮਾਫ ਕਰਿਓ, ਮਹੀਨੇ ਦੇ ਦਿਨ 30 ਨੇ, ਹਫਤੇ ਦੇ ਦਿਨ 7 ਨੇ, ਬੰਦੇ ਦੇ ਰੱਬ ਪਰਮਾਤਮਾ ਦਾ ਪਤਾ ਨਹੀਂ ਕਿੰਨੇ ਕੁ ਬਣੇ ਬੈਠੇ ਨੇ, ਇਹਨੂੰ ਗ੍ਰਹਿਆਂ ਦੇ ਚੱਕਰ 'ਚ ਵਸਾਇਆ। ਅੱਜ ਬਾਬਾ ਕਬੀਰ ਸਾਹਿਬ ਕਹਿੰਦੇ, ਕਰੋੜਾਂ ਦੇਵਤੇ, ਕਰੋੜਾਂ ਸੂਰਜ, ਕਰੋੜਾਂ ਹੀ ਚੰਦਰਮੇ, ਕਰੋੜਾਂ ਹੀ ਦੇਵੀ ਦੇਵਤੇ, ਕਰੋੜਾਂ ਹੀ ਸ਼ਿਵ, ਕਰੋੜਾਂ ਕੈਲਾਸ਼ ਕਿੱਥੇ ਨੇ, ਇੱਕ ਪਰਮਾਤਮਾ ਦੇ ਦਰ ਤੇ ਖੜੇ ਨੇ। ਇੱਕ ਨਾਲ ਜੁੜ ਜਾ, ਤੈਨੂੰ ਸਭ ਕੁਝ ਮਿਲ ਜਾ। ਇਹ ਤਾਂ ਸੌਖਾ ਮੈਥਮੈਟਿਕਸ ਦਾ ਸਿਸਟਮ ਹੈ, ਇਹਨਾਂ ਇੱਕ ਲਿਖ ਕੇ ਜੀਰੋ ਪਾ ਦਿਓ ਸਿੱਧੇ 10 ਹੋ ਗਏ, ਦੋ ਜੀਰੋਆਂ ਪਾ ਦਿਓ ਸਿੱਧਾ 100 ਹੈ, ਤਿੰਨ ਪਾ ਦਿਓ ਸਿੱਧਾ 1000 ਹੋ ਗਿਆ, ਚਾਰ ਪਾ ਦਿਓ 10,000 ਹੋ ਗਿਆ, ਪੰਜ ਪਾ ਦਿਓ ਲੱਖ ਤੇ ਪਹੁੰਚ ਗਏ, ਤੇ ਮਾਫ ਕਰਿਓ ਇੱਕ ਮਿਟਾ ਦਿਓ, ਪੰਜ ਜੀਰੋਆਂ ਦੀ ਕੋਈ ਵੈਲਿਊ ਨਹੀਂ ਹੈ, ਜੀਰੋ ਦੀ ਵੈਲਿਊ ਇੱਕ ਕਰ, ਤੂੰ ਸਿੱਧਾ ਇੱਕ ਨਾਲ ਜੁੜ, ਫਿਰ ਸਾਰੀ ਪੂਜਾ ਪਾਠ ਦੀ ਵੈਲਿਊ ਪੈ ਜਾਏਗੀ। ਇੱਕ ਨਾਲ ਨਹੀਂ ਨਾ ਜੁੜਿਆ, ਇਹ ਸਭ ਕੁਝ ਸਿਫਰਾਂ ਲੱਗ ਰਹੀਆਂ ਨੇ, ਸਿਫਰਾਂ ਲੱਗ, ਸਿਫਰ ਉਨੀ ਦੇਰ ਵੈਲਿਊ ਰੱਖਦੀ ਹੈ ਜਿੰਨੀ ਦੇਰ ਇੱਕ ਨਾਲ ਹੈ। ਤਾਂ ਮਹਾਰਾਜ ਦੀ ਬਾਣੀ ਕਹਿ ਗਈ, ਸਾਹਿਬ ਮੇਰਾ ਇੱਕੋ ਹੈ, ਕਹੋ ਸਾਰੇ ਇੱਕੋ ਹੈ ਭਾਈ ਇੱਕੋ ਹੈ। ਇਹਨੂੰ ਮਹਾਰਾਜ ਨੇ ਜਪਜੀ ਸਾਹਿਬ ਅੰਦਰ ਦੋ ਵਾਰ ਦੁਹਰਾ ਕੇ ਕਿਹਾ, ਗੁਰੂ ਕੋਲੋਂ ਹੱਥ ਜੋੜ ਕੇ ਅਕਲ ਮੰਗਿਆ ਕਰ, ਕਿਹੜੀ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਖੋ ਸਭਨਾ ਜੀਆਂ ਕਾ ਇੱਕ, ਸੋ ਮੈਂ ਵਿਸਰ ਨਾ, ਕਹੋ ਮਨੂ ਸੋ ਮੈਂ ਵਿਸਰੇ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰੇ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰੇ ਨਾ, ਸਭਨਾ ਜੀਆਂ। ਗੱਜ ਕੇ ਤੁਹਾਡੀ ਆਵਾਜ਼ ਵਿਦੇਸ਼ਾਂ ਤੱਕ ਜਾ ਰਹੀ ਹੈ, ਹਾਜ਼ਰੀ ਲਾਓ, ਪਤਾ ਲੱਗੇ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਅਸਥਾਨ ਬੰਗਲਾ ਸਾਹਿਬ ਤੇ ਸੰਗਤ ਪਿਆਰ ਨਾਲ ਬਹਿ ਕੇ ਸੁਣ ਰਹੀ ਸੀ। ਚਿੱਤ ਜੋੜ ਕੇ ਕਹੋ ਗੁਰੂ ਨੂੰ, ਸੋ ਮੈਂ ਵਿਸਰੇ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰੇ ਨਾ, ਸਭਨਾ ਜੀਆਂ, ਵਾਹ ਵਾਹ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ, ਸਭਨਾ ਜੀਆਂ, ਸੋ ਮੈਂ ਵਿਸਰੇ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰੇ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰੇ ਨਾ,
ਸਭਨਾ ਜੀਆਂ ਕਾ ਵਾਹਿਗੁਰੂ ਸੋ ਮੈਂ ਵਿਸਰੇ ਨਨ ਕਿਉਂਕਿ ਬਾਬਾ ਕਬੀਰ ਸਾਹਿਬ ਜੀ ਅੱਜ ਇਹੋ ਗੱਲ ਕਹਿੰਦੇ ਕਿ ਜੋ ਜਨ ਚੋਂ ਤੋ ਕੇਵਲ ਰਾਮ ਆਨ ਦੇਵ ਸਿਓ ਨਾਹੀ ਕਾਮ ਹੇ ਰੱਬ ਜੀ ਮੈਨੂੰ ਕਿਸੇ ਦੇਵਤੇ ਤੇ ਕੋਈ ਕੰਮ ਨਹੀਂ ਹੈ ਮੈਨੂੰ ਕਿਸੇ ਹੋਰ ਉੱਤੇ ਕੋਈ ਕੰਮ ਹੀ ਨਹੀਂ ਹੈ ਜੇ ਮੈਂ ਮੰਗਣਾ ਇੱਕ ਸਿਰਫ ਰੱਬ ਦੇ ਦਰ ਤੋਂ ਮੰਗਣਾ ਹੋਰ ਕਿਸੇ ਤੋਂ ਨਹੀਂ ਮੈਨੂੰ ਕਿਸੇ ਤੇ ਹੋਰ ਕੋਈ ਕੰਮ ਹੀ ਨਹੀਂ ਕਿਉਂ ਜੀ ਉਹ ਕਹਿੰਦੇ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਈ ਮੈਂ ਤੇਰੀ ਨਾ ਤੁਮ ਡੋਲੋ ਨਾਮ ਗਿਰ ਤੇ ਰੱਖ ਲੀਨੀ ਹਰ ਮੇਰੀ ਇੱਥੋਂ ਤੱਕ ਫਿਰ ਬਾਬਾ ਕਬੀਰ ਜੀ ਨੇ ਕਿਹਾ ਕਹਿੰਦੇ ਲਾਜ ਨਹੀਂ ਆਊਗੀ ਖਸਮ ਨੂੰ ਛੱਡ ਕੇ ਕਿਸੇ ਹੋਰ ਤੋਂ ਮੰਗਾਂ ਰੇ ਜੀ ਨਲੱਜ ਲਾਜ ਤੋਏ ਨਾਹੀ ਹਰ ਤਜ ਕਦ ਕਾਹੂ ਕਹਿ ਜਾਹੀ ਜੋ ਜਨ ਚੋਂ ਤੋ ਕੇਵਲ ਰਾਮ ਇੱਕੋ ਰੱਬ ਦੇ ਦਰ ਤੋਂ ਮੰਗਣਾ ਇਹ ਗੱਲ ਕਹਿ ਕੇ ਕਿ ਧਰਮਾਂ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕਿਵਾੜ ਇੱਕ ਨੂੰ ਸਮਰਪਿਤ ਹੋ ਜਾਓ ਸਾਧ ਸੰਗਤ ਪੂਰੀ ਦੀ ਪੂਰੀ ਫੈਲ ਉਹਦੇ ਅੱਗੇ ਰੱਖ ਦਿਓ ਸਾਰੇ ਕੰਮ ਕਰ ਦੇਗਾ ਜੇ ਇਕੱਲਾ ਇਕੱਲਾ ਉਹਦੇ ਅੱਗੇ ਕੁਝ ਉਹਦੇ ਅੱਗੇ ਫਿਰ ਖਿਲਰ ਜਾਂਦਾ ਕੰਮ ਬਹੁਤੇ ਬੰਦਿਆਂ ਨੂੰ ਕਿਸੇ ਝਗੜੇ ਦਾ ਫੈਸਲਾ ਕਰਾਉਣ ਨੂੰ ਕਹਿ ਦਿਓ ਹੁੰਦਾ ਹੀ ਨਹੀਂ ਇਸ ਲਈ ਇੱਕ ਅੱਗੇ ਗੁਰੂ ਅੱਗੇ ਸਮਰਪਿਤ ਹੋ ਜਾ ਇੱਕ ਨੂੰ ਬਾਂਹ ਪਕੜਾ ਦੇ ਧਰਮਨ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕਵਾੜ ਫਿਰ ਰੱਬ ਨੂੰ ਪਤਾ ਕੀ ਕਹਿੰਦੇ ਤੁਮ ਧਨ ਧਨੀ ਉਦਾਰ ਤਿਆਗੀ ਸਭਣ ਸੁਣੀਅਤ ਸੋ ਜਸ ਤੁਮਾਰ ਮੰਗੂ ਕਾਹੇ ਰੰਕ ਸਭ ਦੇਖੂ ਮੈਂ ਕਿਉਂ ਕਿਸੇ ਤੋਂ ਮੰਗਾਂ ਸਾਰੇ ਤਾਂ ਕੰਗਾਲ ਨੇ ਰੱਬਾ ਸਾਰੇ ਤੇਰੇ ਤੋਂ ਮੰਗਦੇ ਨੇ ਫਿਰ ਮੈਂ ਕੰਗਾਲਾਂ ਤੋਂ ਕਿਉਂ ਮੰਗਾਂ ਮੈਂ ਤੇਰੇ ਤੋਂ ਮੰਗਾਂਗਾ ਜਿਹੜੇ ਤੇਰੇ ਤੋਂ ਮੰਗਦੇ ਨੇ ਮੰਗੋ ਕਹੇ ਰੰਗ ਸਭ ਦੇਖੋ ਤੁਝ ਹੀ ਤੇ ਮੇਰੋ ਨਿਸਤਾਰ ਜੈ ਦਿਓ ਨੰਮ ਬਿਪ ਸੁਧੰਮ ਹੇ ਅਕਾਲ ਪੁਰਖ ਰੱਬ ਜੀ ਇਹਨਾਂ ਤੇ ਤੂੰ ਹੀ ਕਿਰਪਾ ਕੀਤੀ ਜੈ ਦਿਓ ਨੰਮ ਬਿਪ ਸੁਧੰਮ ਤਿੰਨ ਕੋ ਕਿਰਪਾ ਪਈ ਹੈ ਅਪਾਰ ਮਹਾਰਾਜ ਤੇਰੀ ਤਾਂ ਕਿਰਪਾ ਹੋਈ ਉਹਨਾਂ ਉੱਤੇ ਕਹੇ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇ ਤਨਵਾਰ ਚਾਰੇ ਪਦਾਰਥ ਦੇਣ ਲੱਗਿਆ ਤੂੰ ਦੇਰ ਨਹੀਂ ਲਾਉਂਦਾ ਰੱਬ ਜੀ ਤੇ ਮੈਂ ਫਿਰ ਲੋਕਾਂ ਤੋਂ ਕਿਉਂ ਮੰਗਾ ਅੱਜ ਮਹਾਰਾਜ ਜੀ ਬਚਨ ਕਹਿੰਦੇ ਕੋਟ ਸੂਰਜਾ ਕਹਿ ਪ੍ਰਕਾਸ਼ ਕਿਉਂ ਸੂਰਜ ਦੀ ਪੂਜਾ ਪੈਣ ਦੀ ਕਰੋੜਾਂ ਹੀ ਸੂਰਜ ਨੇ ਜਿਹਦੇ ਦਰ ਤੇ ਖੜੇ ਉਹਦੀ ਪੂਜਾ ਕਰਾਂਗੇ ਆਪਾਂ ਜਿਹਨੇ ਪੈਦਾ ਕੀਤੇ ਉਹਨੂੰ ਚੇਤੇ ਕਰਾਂਗੇ ਫਿਰ ਅੱਗੇ ਬਾਬਾ ਕਬੀਰ ਜੀ ਕਹਿੰਦੇ ਕੋਟ ਮਹਾਦੇਵ ਅਰ ਕਵਿਲਾਸ ਕਵਿਲਾਰ ਦਾ ਅਰਥ ਹੈ ਕੈਲਾਸ਼ ਪਰਬਤ ਕਹਿੰਦੇ ਕਰੋੜਾਂ ਹੀ ਕੈਲਾਸ਼ ਪਰਬਤ ਆ ਕਰੋੜਾਂ ਹੀ ਮਹਾਦੇਵ ਉਹਦੇ ਦਰ ਤੇ ਖੜੇ ਆ ਤੂੰ ਇੱਕ ਦੀ ਪੂਜਾ ਚ ਕਿਉਂ ਉਲਝ ਗਏ ਜਿਹਨੇ ਪੈਦਾ ਕੀਤੇ ਉਹਨੂੰ ਸਿਮਰ ਦੁਰਗਾ ਕੋਟ ਜਾ ਕੇ ਮਰਦਨ ਕਰੇ ਕਰੋੜਾਂ ਦੁਰਗਾ ਵਰਗੀਆਂ ਦੇਵਤੀਆਂ ਰੱਬ ਦੇ ਪੈਰ ਮਲ ਰਹੀਆਂ ਨੇ ਮਾਲਿਸ਼ ਕਰ ਰਹੀਆਂ ਨੇ ਤੂੰ ਕਿਹੜੀ ਇੱਕ ਦੇਵੀ ਦੇ ਚਰਨਾਂ ਚ ਢਹਿ ਰਹੇ ਬ੍ਰਹਮਾ ਕੋਟ ਬੇਦ ਉਚਾਰ ਕਹਿੰਦੇ ਬ੍ਰਹਮਾ ਕਰੋੜਾਂ ਹੀ ਬ੍ਰਹਮਾ ਨੇ ਜਿਹੜੇ ਬੇਦ ਉਚਾਰਨ ਕਰ ਰਹੇ ਇੱਕ ਬ੍ਰਹਮਾ ਵੱਲ ਕਿਉਂ ਜਾਣ ਇਸ ਲਈ ਜੇ ਤੋਂ ਮੰਗਣਾ ਫਿਰ ਇੱਕ ਤੋਂ ਮੰਗ ਜਾਓ ਜਾਂਚੋਂ ਤੋਂ ਕੇਵਲ ਰਾਮ ਅੱਗੇ ਮਹਾਰਾਜ ਨੇ ਕਿਹਾ ਰਹਾਓ ਕੋਟ ਚੰਦਰਮੇ ਕਰੇ ਚਰਾਕ ਇੱਕ ਚੰਦਰਮਾ ਨਹੀਂ ਰੋਸ਼ਨੀ ਦੇ ਰਿਹਾ ਕਰੋੜਾਂ ਹੀ ਚੰਦਰਮਾ ਨੇ ਉਹਦੇ ਦਰ ਉੱਤੇ ਇਹ ਖਗੋਲ ਭੂਗੋਲ ਵਿਗਿਆਨ ਨੇ ਐਲਾਨ ਕਰਤਾ ਬਹੁਤੀਆਂ ਧਰਤੀਆਂ ਦੇ ਪਕੜ ਚ ਨਹੀਂ ਆਈਆਂ 50,000 ਗਲੈਕਸੀਆਂ ਲੱਭੀਆਂ ਨੇ ਤੋਂ ਅੱਗੇ ਬਹੁਤ ਹੈ ਜਿਹਨੂੰ ਮਹਾਰਾਜ ਨੇ ਕਿਹਾ ਧਰਤੀ ਹੋਰ ਪਰ ਹੋਰ ਹੋਰ ਜਿੱਥੇ ਪਹੁੰਚ ਹੀ ਨਹੀਂ ਕੀਤੀ ਜਾ ਸਕਦੀ ਜਿੱਥੇ ਜੀਵਨ ਸੰਭਵ ਨਹੀਂ ਹੈ ਜਿੱਥੇ ਪਹੁੰਚਣਾ ਮੁਸ਼ਕਲ ਹੈ ਸੂਰ ਸੁਰ ਤੇ ਤੀਸੋਂ ਜੇਵੇਂ ਪਾਕ ਤਾਂ ਮਹਾਰਾਜ ਜੀ ਨੇ ਕਿਹਾ 33 ਕਰੋੜ ਦੇਵਤੇ ਇੱਕ ਨਹੀਂ ਹੈ ਉਹ ਏਦਾਂ ਦੇ ਪਤਾ ਨਹੀਂ ਕਿੰਨੇ 33 ਕਰੋੜ ਅਰਬਾਂ ਖਰਬਾਂ ਦੇਵਤੇ ਉਹਦੇ ਦਰ ਉੱਤੇ ਖੜੇ ਨੇ ਤੂੰ ਫਿਰ ਇੱਕ ਇੱਕ ਦੀ ਪੂਜਾ ਚ ਨਾ ਪੈ ਇੱਕ ਅਕਾਲ ਪੁਰਖ ਰੱਬ ਦੇ ਚਰਨਾਂ ਢਹਿ ਜਾ ਤੇ ਇਹਦੇ ਚਰਨਾਂ ਚੋਂ ਸਾਰੇ ਪੈਦਾ ਹੋ ਰਹੇ ਨਵ ਗ੍ਰਹਿ ਕੋਟ ਠਾਂਡੇ ਦਰਬਾਰ
ਆ ਨੌ ਗ੍ਰਹਿ ਇੱਕ ਥੋੜੀ ਨੇ, ਇਹ ਤਾਂ ਇੱਕ ਧਰਤੀ ਦੇ ਲੱਭ ਲੈਂਦੇ ਨੌ ਗ੍ਰਹਿ। ਤਾਂ ਮਹਾਰਾਜ ਨੇ ਕਿਹਾ ਇਹ ਤਾਂ ਇੱਕ ਜਨ ਜੀਵਨ ਜਿਹੜਾ ਦਿਸਦਾ ਉਹਦੇ ਨੌ ਗ੍ਰਹਿ ਨੇ, ਜਿਹੜੇ ਪਾਤਲ ਨਾ ਪਾਤਾਲ ਲੱਖ ਆਗਾਸਾਂ ਘਾਸ ਨੇ ਉਹਦੇ ਕਿੰਨੇ ਗ੍ਰਹਿ ਗਿਣੋਗੇ। ਇਸ ਲਈ ਕਰੋੜਾਂ ਨੌ ਗ੍ਰਹਿ ਨੇ, ਕੋਈ ਅੰਤ ਨਹੀਂ ਹੈ। ਧਰਮ ਕੋਟ ਜਾ ਕੈ ਪ੍ਰਤਹਾਰ, ਕਰੋੜਾਂ ਹੀ ਧਰਮ ਰਾਜ ਪ੍ਰਤੀ ਦਿਨ ਅਕਾਲ ਪੁਰਖ ਰੱਬ ਦੇ ਚਰਨਾਂ ਵਿੱਚ ਝੁਕੇ ਹੋਏ ਨੇ। ਇਸ ਲਈ ਤੂੰ ਇੱਕ ਅਕਾਲ ਪੁਰਖ ਦੀ ਪੂਜਾ ਵਿੱਚ ਲੱਗ ਜਾ, ਫਿਰ ਤੈਨੂੰ ਕੋਈ ਘਾਟਾ ਨਹੀਂ। ਪਵਨ ਕੋਟ ਚੌਵਾਰੇ ਫਿਰੈ, ਇੱਕ ਪਵਨ ਥੋੜੀ ਹੈ। ਵੈਸੇ ਤਾਂ ਹਵਾ ਵੀ ਤਿੰਨ ਤਰ੍ਹਾਂ ਦੀ ਹੈ। ਇੱਕ ਹਵਾ ਉਹ ਹੈ ਜਿਹੜੀ ਤੁਸੀਂ ਆਕਸੀਜਨ ਲੈ ਰਹੇ ਹੋ, ਇੱਕ ਉਹ ਹੈ ਜਿਹੜੀ ਅੰਦਰੋਂ ਜਿਹਨੂੰ ਸਾਇੰਸ ਨੇ ਕਿਹਾ ਕਿ ਕਾਰਬਨ ਹਾਈਡ੍ਰੋਕਸ ਅੰਦਰੋਂ ਨਿਕਲਦੀ ਹੈ, ਉਹ ਜਿਹੜੀ ਗੈਸ ਆ ਉਹ ਇੱਕ ਅੰਦਰੋਂ ਨਿਕਲਦੀ। ਇੱਕ ਦਰਖਤ ਰਾਤ ਨੂੰ ਛੱਡਦੇ ਨੇ, ਇੱਕ ਦਿਨੇ ਛੱਡਦੇ ਨੇ। ਇੱਕ ਹਵਾ ਆਮ ਵਗ ਰਹੀ ਹੈ, ਇਹ ਤਾਂ ਸਿਰਫ ਗਿਣਤੀ ਨਹੀਂ, ਏਦਾਂ ਦੀਆਂ ਪਤਾ ਨਹੀਂ ਕਰੋੜਾਂ ਹੀ ਹਵਾ ਚੌਰ ਕਰ ਰਹੀਆਂ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ, ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ ਭਾਈ, ਵਸਕ ਕੋਟ ਸੇ ਜੈ ਵਿਸਤਰ। ਵਸਕ ਕਹਿੰਦੇ ਜੀ ਸ਼ੇਸ਼ਨਾਗ ਨੂੰ, ਇੱਕ ਸ਼ੇਸ਼ਨਾਗ ਥੋੜੀ ਹੈ, ਕਰੋੜਾਂ ਹੀ ਸ਼ੇਸ਼ਨਾਗ ਉਹਦੇ ਦਰ ਤੇ ਖੜੇ ਨੇ। ਕਿਹਦੀ ਕਿਹਦੀ ਪੂਜਾ ਕਰੇ, ਬਹੁਤੇ ਚੱਕਰਾਂ ਚ ਨਾ ਪਏ, ਭਾਵ ਇੱਕੋ ਹੀ ਜਦੋਂ ਮੰਗਣਾ ਫਿਰ ਰਹਾਓ ਬੰਦੀ। ਬਾਰ ਬਾਰ ਉਹ ਪੰਕਤੀ ਚੇਤੇ ਆਵੇ, ਜੋ ਜਨ ਚੋਂ ਤੋਂ ਕੇਵਲ ਰਾਮ, ਮੰਗਣਾ ਤਾਂ ਇੱਕ ਰੱਬ ਤੋਂ ਫਿਰ ਮੰਗ। ਅੱਗੇ ਮਹਾਰਾਜ ਨੇ ਬਚਨ ਕਹੇ, ਸਮੁੰਦਰ ਕੋਟ ਜਾ ਕੇ ਪਾਨੀ ਹਾਰ, ਕਰੋੜਾਂ ਹੀ ਸਮੁੰਦਰ ਨੇ ਜਿਹੜੇ ਪਾਣੀ ਨਾਲ ਭਰ ਕੇ ਚੱਲ, ਕੋਈ ਅੰਤ ਨਹੀਂ ਹੈ ਸਮੁੰਦਰਾਂ ਦਾ। ਤੁਸੀਂ ਆ ਗਿਣਤੀ ਦੇ ਸੱਤ ਸਮੁੰਦਰ ਆਪਾਂ ਗਿਣ ਕੇ ਬੈਠੇ ਜਿਹਨਾਂ ਦੇ ਨਾਮ ਰੱਖੇ ਗਏ, ਏਦਾਂ ਦੇ ਤਾਂ ਕਰੋੜਾਂ ਸਮੁੰਦਰ ਨੇ ਜਿਹੜੀ ਧਰਤੀ ਤੱਕ ਪਹੁੰਚ ਨਹੀਂ ਹੈ ਅਜੇ ਬੰਦੇ ਦੀ। ਤਾਂ ਮਹਾਰਾਜ ਕਹਿੰਦੇ ਕਿਸੇ ਸਮੁੰਦਰ ਦੀ ਪੂਜਾ ਚ ਨਾ ਪੈ ਜਾਈ। ਰੋਮਾਵਲ ਕੋਟ ਅਠਾਰੇ ਭਾਰ, ਹੇ ਭਾਈ ਰੋਮਾਂ ਦੀ ਕਤਾਰ, ਜਿਸਮਾਂ ਦੀ ਰੋਮ, ਅਠਾਰਾਂ ਭਾਰ ਦਾ ਅਰਥ ਹੈ ਸਾਰੀ ਬਨਸਪਤੀ। ਅੰਤ ਹੈ ਕੋਈ, ਜਿਹੜੀ ਪਕੜ ਵਿੱਚੋਂ ਇੱਕ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕਿਹਾ, ਕਹਿੰਦੇ ਅਜੇ ਤਾਂ ਇੱਕ ਆ ਬ੍ਰਹਿਮੰਡ ਦੀ ਕਥਾ ਨਹੀਂ ਪੂਰੀ ਹੋ ਰਹੀ। ਭਾਈ ਗੁਰਦਾਸ ਜੀ ਨੇ ਮਹਾਰਾਜ ਦੀ ਉਸਤਤ ਵਿੱਚ ਇੱਕ ਬਚਨ ਕਿਹਾ, ਕਹਿੰਦੇ ਭਾਈ ਇੱਕ ਬ੍ਰਹਿਮੰਡ ਦੀ ਅਜੇ ਤੱਕ ਕਥਾ ਨਹੀਂ ਪੂਰੀ ਹੋਈ। ਏਕ ਬ੍ਰਹਿਮੰਡ ਕੇ ਬਿਥਾਰ ਕੀ ਪਾਰ ਕਥਾ, ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਣੀਐ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਰੱਬ ਨੂੰ ਕਿਵੇਂ ਜਾਣ ਲਓਗੇ। ਉਹਦੇ ਬਰਾਏ ਇੱਕ ਬ੍ਰਹਿਮੰਡ ਦੀ ਕਥਾ ਨਹੀਂ ਪੂਰੀ ਹੋ ਰਹੀ, ਅਜੇ ਉਹਦੀ ਵਿਆਖਿਆ ਨਹੀਂ ਪੂਰੀ ਹੋਈ। ਜਿਹਨੂੰ ਮਹਾਰਾਜ ਫਿਰ ਕੋਟ ਬ੍ਰਹਿਮੰਡ ਦਾ ਨਾਇਕ ਕਹਿੰਦੇ, ਉਹਨੂੰ ਬਾਣੀ ਅੰਦਰ ਕਹਿਣਗੇ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ, ਬੋਲਿਆ ਕਰੋ ਨਾਲ, ਸਰਬ ਜੀਆਂ ਕਾ ਦਾਤਾ ਨੇ ਪ੍ਰਤਬਲ ਨਿਤ ਸਾਰ ਸਮਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਅੱਜ ਮਹਾਰਾਜ ਬਖਸ਼ਿਸ਼ ਕਰਦੇ, ਕੋਟ ਕਮੇਰ ਭਰੈ ਪੰਡਾਰ, ਕਮੇਰ ਦਾ ਅਰਥ ਹੈ ਧਨ ਦਾ ਦੇਵਤਾ। ਸਾਧ ਸੰਗਤ ਹੁਣ ਮਾਫ ਕਰਿਓ, ਇਹਦਾ ਇੱਕ ਨਗ ਜਿਹਾ ਬਣਾ ਕੇ ਵੀ ਲੋਕਾਂ ਨੂੰ ਲੋਕਾਂ ਨੇ ਪਾ ਦਿੱਤਾ ਹੈ, ਆਹ ਪਾਓ ਕਮੇਰ, ਇਹਦੇ ਨਾਲ ਧਨ ਆਉਂਦਾ। ਹੋ ਸਕਦਾ ਕਿਸੇ ਕੋਲ ਆਉਂਦਾ ਹੋਵੇ, ਪਰ ਜਿਹਨਾਂ ਕੋਲੋਂ ਚੱਲਿਆ ਜਾਂਦਾ ਉਹਨਾਂ ਬਾਰੇ ਮੈਨੂੰ ਦੱਸ ਦੇਵੇ, ਉਹਨਾਂ ਦੀ ਮੁੰਦੀ ਦੀ ਸ਼ਕਤੀ ਘੱਟ ਗਈ, ਉਹਨਾਂ ਦਾ ਨਗ ਘੱਟ ਗਿਆ, ਜਿਹੜੇ ਫਿਰ ਭੱਜ ਜਾਂਦੇ ਨੇ ਲੱਖਾਂ ਕਰੋੜਾਂ ਅਰਬਾਂ ਰੁਪਈਆ ਮਾਰ। ਤਾਂ ਸਤਿਗੁਰ ਜੀ ਨੇ ਬਚਨ ਕਿਹਾ, ਉਹ ਇੱਕ ਕਮੇਰ ਦੀ ਪੂਜਾ ਛੱਡ ਦੇ, ਜਿਹਨੇ ਕਰੋੜਾਂ ਕਮੇਰ ਪੈਦਾ ਕੀਤੇ ਤੂੰ ਉਹਨੂੰ ਕਿਉਂ ਨਹੀਂ ਪੂਜਦਾ, ਸਾਰੇ ਖਜ਼ਾਨੇ ਮਿਲ ਜਾਣਗੇ। ਇਹ ਮਾਇਆ ਮਿਲੇਗੀ, ਤੇਰਾ ਜਨਮ ਸਫਲ ਨਹੀਂ ਹੋਏਗਾ, ਉਹਨੂੰ ਮਿਲੇਗਾ ਉਹ ਜਨਮ ਵੀ ਸਫਲ ਕਰ ਦੇਗਾ। ਕੋਟ ਕਮੇਰ ਭਰੈ ਪੰਡਾਰ, ਕੋਟਿਕ ਲਖਮੀ ਕਰੈ ਸ਼ਿੰਗਾਰ, ਇੱਕ ਲਛਮੀ ਦੀ ਪੂਜਾ, ਕਰੋੜਾਂ ਲਛਮੀਆਂ ਰੱਬ ਦੇ ਦਰ ਤੇ ਸ਼ਿੰਗਾਰ ਕਰ ਰਹੀ। ਇੱਕ ਸਾਖੀ ਬੜੀ ਪ੍ਰਚਲਿਤ ਹੋਈ, ਸਿੱਖ ਵਿੱਚੋਂ ਹੁਣ ਕੱਟਣ ਲੱਗ ਪਏ ਕਿਉਂਕਿ ਪੜ੍ਹ ਲਿਖ ਬਹੁਤ ਗਏ। ਖਡੂਰ ਸਾਹਿਬ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਔਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦੋ ਵਾਰ ਇਹ ਸਾਖੀ ਦੁਹਰਾਈ ਗਈ। ਕੋਈ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਸਤਰੀ ਆਉਂਦੀ ਹੈ, ਉਹ ਸਾਰੇ ਝਾੜੂ ਮੇਰ ਕੇ ਚਲੀ ਜਾਂਦੇ, ਉਹ ਬਹੁਤ ਜਲਦੀ ਝਾੜੂ ਫੇਰਦੀ ਹੈ, ਬੜੀ ਜਲਦੀ ਸਫਾਈ ਕਰਦੀ ਹੈ। ਸਤਿਗੁਰਾਂ ਤੋਂ ਪੁੱਛ ਲਿਆ, ਮਹਾਰਾਜ ਇਹ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਕੌਣ ਸਫਾਈ ਕਰ ਜਾਂਦਾ, ਮਹਾਰਾਜ ਕੌਣ ਪਾਣੀ ਛਿੜਕ ਜਾਂਦਾ ਤੁਹਾਡੇ ਦਰਬਾਰ 'ਚ? ਸਤਿਗੁਰਾਂ ਕਿਹਾ, ਜਿਹਨੂੰ ਲੋਕ ਲਛਮੀ ਕਹਿੰਦੇ ਨੇ ਉਹ ਸਰੀਰ ਧਾਰ ਕੇ ਇਸ ਦਰ ਦੀ ਸੇਵਾ ਕਰਦੀ ਹੈ। ਤੇ ਸਿੱਖੋ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਕਰੋੜਾਂ ਲਛਮੀਆਂ ਝਾੜੂ ਦਿੰਦੀਆਂ ਹੋਣ, ਇੱਕ ਇੱਕ ਲਛਮੀ ਦਾ ਕਾਹਦਾ ਨਗ ਪਾ ਕੇ ਪੂਜਾ ਕਰਨੀ, ਉਹ ਤੂੰ ਗੁਰੂ ਅੱਗੇ ਮੰਗ, ਇੱਥੋਂ ਤੈਨੂੰ ਸਭ ਕੁਝ ਮਿਲ ਜਾਣਾ, ਇੱਕ ਨੂੰ ਪੂਜ। ਅੱਜ ਮਹਾਰਾਜ ਅੱਗੇ ਬਚਨ ਕਹਿੰਦੇ, ਕੋਟਕ ਪਾਪ ਪੁੰਨ ਬਹੁ ਹਿਰੈ,
ਕਰੋੜਾਂ ਹੀ ਇਸ ਸੰਸਾਰ ਦੇ ਅੰਦਰ ਜਿਹੜੇ ਪਾਪ ਪੁੰਨ ਹੋ ਰਹੇ ਉਹਨਾਂ ਨੂੰ ਹਿਰ ਕੌਣ ਸਕਦਾ? ਇੱਕ ਰੱਬ ਪਰਮਾਤਮਾ। ਤੂੰ ਉਹਨਾਂ ਦੀ ਵਿਆਖਿਆ ਚ ਨਾ ਪੈ, ਤੂੰ ਇੱਕ ਅਕਾਲ ਪੁਰਖ ਨਾਲ ਜੋੜ। ਇੰਦਰ ਕੋਟ ਜਾ ਕੇ ਸੇਵਾ ਕਰੇ, ਕਰੋੜਾਂ ਇੰਦਰ ਨੇ ਜਿਹੜੇ ਰੱਬ ਦੀ ਸੇਵਾ ਚ ਖੜੇ ਨੇ, ਇੱਕ ਇੰਦਰ ਨੂੰ ਛੱਡ ਦੇ। ਅੱਗੇ ਫਿਰ ਕਿਹਾ ਛਪਨ ਕੋਟ ਜਾ ਕੇ ਪ੍ਰਤਹਾਰ। ਕਹਿੰਦੇ ਹੇ ਭਾਈ, 56 ਕਰੋੜ ਮੇਘ ਮਾਲਾ, ਆਹ ਜਿਹੜੇ ਬੱਦਲ ਨਜ਼ਰ ਆ ਰਹੇ ਨਾ, ਇੰਨੇ ਦੇ ਏਦਾਂ ਦੇ ਮਹਾਰਾਜ ਨੇ ਕਿਹਾ 56 ਕਰੋੜ ਮੇਘ ਮਾਲਾ, ਜਿਹੜੇ ਬੱਦਲਾਂ ਦੀ ਪੂਜਾ ਚ ਲੋਕ ਪਏ ਨੇ, ਇਹ ਤਾਂ ਪ੍ਰਤੀਹਾਰ ਨਿਤ ਹਰ ਰੋਜ਼ ਉਹਦੇ ਹੁਕਮ ਵਿੱਚ ਐਂ ਘੁੰਮ ਰਹੇ ਨੇ, ਬੱਦਲ ਐਂ ਘੁੰਮ ਰਹੇ ਨੇ, ਇਸ ਲਈ ਤੂੰ ਉਹਨੂੰ ਪੂਜੇ ਦੇ ਹੁਕਮ ਚ ਚੱਲ ਦੇ। ਨਗਰੀ ਨਗਰੀ ਖੇਤ ਪਾਰ, ਅੱਗੇ ਮਹਾਰਾਜ ਨੇ ਕਿਹਾ ਭਾਈ ਉਹਦੇ ਹੁਕਮ ਵਿੱਚ ਥਾਂ ਥਾਂ ਘੁੰਮ ਰਹੇ ਨੇ ਇਹ ਬੱਦਲ। ਲੱਟ ਛੁੱਟੀ ਵਰਤੈ ਬਿਕਰਾਲ, ਲੱਟ ਛੁੱਟੀ ਦਾ ਅਰਥ ਹੈ ਲੱਟਾਂ ਖੋਲ ਕੇ, ਬਿਕਰਾਲ ਮੈਨੇ ਡਰਾਉਣੀਆਂ, ਕਾਲੀਆਂ ਦੇਵਤੀਆਂ, ਕਰੋੜਾਂ ਹੀ ਡਰਾਉਣੀਆਂ ਦੇਵੀਆਂ ਜਿਹਨਾਂ ਤੋਂ ਲੋਕ ਡਰੀ ਜਾਂਦੇ ਨੇ ਸ਼ਕਲ ਵੇਖ, ਏਦਾਂ ਦੇ ਤਾਂ ਕਰੋੜਾਂ ਉਹਦੇ ਹੁਕਮ 'ਚ ਚੱਲਦੇ ਨੇ। ਤੂੰ ਉਹਨੂੰ ਪੂਜ ਜਿਹਨੂੰ ਮਹਾਰਾਜ ਨੇ ਕਿਹਾ ਇੱਕ ਸਿਮਰ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਜਿਹਦੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਰੂਆਤ ਹੁੰਦੀ ਇੱਕ ਤੋਂ, ਇੱਕ ਓਅੰਕਾਰ, ਇੱਕ ਨੂੰ ਪੂਜ ਲਿਆ ਕਰ, ਇੱਕ ਤੋਂ ਟੁੱਟ ਗਿਆ ਸਭ ਕੁਝ ਖੁੱਸ ਜਾਏਗਾ। ਕੋਟ ਕਲਾ ਖਿਲੈ ਗੋਪਾਲ, ਪਰਮਾਤਮਾ ਨੇ ਕਰੋੜਾਂ ਹੀ ਖੇਲ ਰਚੇ ਹੋਏ। ਇੱਕ ਸ਼ਾਹੂਕਾਰ ਬੰਦਾ, ਕਿਸੇ ਨੂੰ ਉਹਨੇ ਪੈਸੇ ਵਿਆਜੂ ਦੇ ਦਿੱਤੇ, 10,000 ਦਿੱਤਾ, ਉਹ ਵਿਆਜ ਤੇ ਵਿਆਜ ਵੱਧਦਿਆਂ 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 ਲੱਖ ਹੋ ਗਿਆ। ਉਹ ਪੈਸੇ ਨਾ ਮੋੜੇ ਤੇ ਰਾਜੇ ਅੱਗੇ ਪੇਸ਼ ਹੋ ਗਿਆ ਸ਼ਾਹੂਕਾਰ। ਸ਼ਾਹੂਕਾਰ ਨੇ ਕਿਹਾ ਫਲਾਨਾ ਬੰਦਾ ਮੇਰੇ ਪੈਸੇ ਨਹੀਂ ਦਿੰਦਾ, ਨਾ ਇਹ ਮੂਲ ਦਿੰਦਾ ਨਾ ਵਿਆਜ ਦਿੰਦਾ। ਉਹ ਸਿਪਾਹੀ ਇਕੱਲੇ ਤੇ ਉਹ ਬੰਦੇ ਨੂੰ ਗ੍ਰਿਫਤਾਰ ਕਰ ਲਿਆ, ਰਾਜੇ ਦੇ ਪੇਸ਼ ਕੀਤਾ। ਰਾਜੇ ਨੇ ਪੁੱਛਿਆ ਵੀ ਆਹ ਬੰਦਾ ਆਂਦਾ ਹੈ, ਤੂੰ ਇਹਤੋਂ 10,000 ਰੁਪਈਆ ਲਿਆ ਵਿਆਜੋ, ਪੈਸੇ ਨਹੀਂ ਮੋੜਦਾ, ਨਾ ਤੂੰ ਵਿਆਜ ਦਿੰਦਾ ਨਾ ਮੂਲ ਦਿੰਦਾ, ਕੀ ਇਹ ਸੱਚ ਗੱਲ ਹੈ? 1,00,000 ਰੁਪਈਆ ਤੇਰੇ ਵੱਲ ਹੋ ਗਿਆ, ਸੱਚ ਹੈ? ਤੇ ਦੋਸ਼ੀ ਬੰਦੇ ਨੇ ਹੱਥ ਜੋੜ ਕੇ ਕਿਹਾ ਬਿਲਕੁਲ ਸੱਚ ਹੈ, 100% ਸੱਚ ਹੈ, ਮੈਂ ਪੈਸੇ ਦੇਣੇ ਨੇ ਜੀ, ਲਏ ਨੇ, ਦੇਣੇ ਵੀ ਨੇ, ਪਰ ਮੇਰੇ ਹੱਥ ਤੰਗ ਹੈ, ਕੁਝ ਘਰ ਦੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ, ਮੈਂ ਪੈਸੇ ਮੋੜ ਨਹੀਂ ਸਕਿਆ। ਪਰ ਇਹ ਬੰਦਾ ਝੂਠ ਨਹੀਂ ਜੀ ਬੋਲਦਾ, ਰਾਜਨ ਇਹ ਸੱਚ ਬੋਲਦਾ, ਮੈਂ ਪੈਸੇ ਦੇਣੇ ਨੇ। ਰਾਜਾ ਬੜਾ ਖੁਸ਼ ਹੋਇਆ ਵੀ ਦੋਸ਼ੀ ਮੁੱਕਰਿਆ ਹੀ ਨਹੀਂ, ਮੁੱਕਰ ਸਕਦਾ ਸੀ, ਮੈਂ 1,00,000 ਨਹੀਂ ਜੀ, 50,000 ਦੇਣਾ, ਵਿੱਚੋਂ ਦਿੱਤਾ ਹੋਇਆ, ਬਿਲਕੁਲ ਨਹੀਂ। ਉਹਨੇ ਕਿਹਾ ਜੀ ਸਹੀ ਕਹਿੰਦਾ, 10 ਮੂਲ ਲਿਆ, 90 ਵਿਆਜ ਹੋ ਗਿਆ, 1,00,000 ਖੜਾ, ਮੈਂ ਦੇਣਾ। ਰਾਜੇ ਨੇ ਕਿਹਾ ਕਿਵੇਂ ਦੇਵੇਂਗਾ? ਕਹਿੰਦਾ ਜੀ ਥੋੜੇ ਥੋੜੇ ਕਰਕੇ ਦੇ ਦਾਂਗੇ, ਕਿਸ਼ਤ ਬਣਾ ਦਿਓ। ਇਹ ਤਾਂ ਅੱਜ ਵੀ ਕਾਨੂੰਨ ਹੈ ਨਾ, ਜੱਜ ਦੇ ਪੇਸ਼ ਹੋ ਜਾਓ, ਕਿਸ਼ਤ ਬਣਾ ਦਿੰਦਾ। ਸਾਧ ਸੰਗਤ, ਰਾਜਾ ਸੀ, ਉਹਨੇ ਕਿਹਾ ਮੈਂ ਫੈਸਲਾ ਕਰਨਾ, ਇਹਦੀ ਗੱਲ ਸੁਣੀ ਹੈ, ਦੋਸ਼ੀ ਨੂੰ ਸੱਦ ਲਿਆ, ਦੋਸ਼ੀ ਮੰਨ ਗਿਆ, ਹੁਣ ਰਾਜਾ ਤਾਂ ਉਹ ਹੈ ਨਾ ਜਿਹੜਾ ਨਿਆਂ ਕਰੇ। ਰਾਜੇ ਨੇ ਕਿਹਾ ਵੀ ਜਿਹੜਾ ਮੰਨ ਗਿਆ ਉਹਦਾ ਵੀ ਭਲਾ ਹੋਣਾ ਚਾਹੀਦਾ। ਸ਼ਾਹੂਕਾਰ ਨੂੰ ਕਿਹਾ ਦੇਖੋ ਸ਼ਾਹੂਕਾਰ ਜੀ, ਤੁਹਾਡੇ ਪੈਸੇ ਮੰਨ ਗਏ, ਬੰਦਾ ਮੁੱਕਰਿਆ ਨਹੀਂ, ਪਰ ਹੁਣ ਇੱਕ ਨਿਆਂ ਆ, ਵਿੱਚੋਂ ਥੋੜੀ ਬਹੁਤੀ ਰਹਿਤ ਕਰੋ, ਉਹਨੂੰ ਛੱਡੋ ਨਾ, ਥੋੜੇ ਜਿਹੇ ਪੈਸੇ ਵਿੱਚੋਂ ਕੁਝ ਛੱਡ ਦਿਓ ਵਿੱਚੋਂ। ਉਹ ਵਿਚਾਰਾ ਗਰੀਬ ਹੈ, ਮੰਨ ਗਿਆ, ਤੇਰੇ ਵੀ ਤਾਂ ਵਿਆਜ ਦੇ ਪੈਸੇ ਨੇ, ਵਿੱਚੋਂ ਕੁਝ ਛੱਡ ਦੇ। ਤੇ ਸ਼ਾਹੂਕਾਰ ਸੋਚੀ ਪੈ ਗਿਆ, ਕਹਿੰਦਾ ਜੀ ਕੀ ਛੱਡਾਂ? ਰਾਜਾ ਕਹਿੰਦਾ ਕੁਝ ਵੀ ਛੱਡ ਦੇ, ਮੂਲ ਦੇ ਪੈਸੇ ਛੱਡ ਦੇ, ਵਿਆਜ ਦੇ ਛੱਡ ਦੇ, 10,000 ਛੱਡ, 90 ਚੋਂ ਕੋਈ ਛੱਡ, ਕੀ ਛੱਡ ਦੇ? ਤੇ ਸ਼ਾਹੂਕਾਰ ਨੇ ਸਿਆਣਪ ਵਰਤ ਕੇ, 90,000 ਛੱਡਣਾ ਔਖਾ ਹੈ, 10 ਛੱਡਣਾ ਸੌਖਾ। ਤੇ ਸ਼ਾਹੂਕਾਰ ਬੋਲਿਆ, ਕਹਿੰਦਾ ਬਾਦਸ਼ਾਹ ਸਲਾਮਤ, ਚਲੋ 10,000 ਮੂਲ ਇਹਨੂੰ ਮਾਫ਼ ਕੀਤਾ, 90 ਮੇਰਾ ਵਿਆਜ ਦਵਾ ਦਿਓ। ਰਾਜੇ ਨੇ ਕੇਸ ਖਾਰਜ ਕਰਕੇ ਕਿ 1 ਪੈਸਾ ਨਹੀਂ ਮਿਲਣਾ। ਉਹਨੇ ਕਿਹਾ ਜੀ ਕਿਉਂ? ਉਹ ਕਹਿੰਦਾ ਜਿਹਦਾ ਮੂਲ ਨਹੀਂ ਰਿਹਾ ਵਿਆਜ ਕਾਹਦਾ ਮੰਗਦਾ, ਜਦੋਂ ਮੂਲ ਹੀ ਮਾਫ਼ ਹੋ ਗਿਆ, ਜੇ ਮੂਲ ਨਹੀਂ ਰਿਹਾ ਤੇ ਵਿਆਜ ਕਾਹਦਾ? ਮੂਲ ਕਰਕੇ ਵਿਆਜ ਹੈ। ਉਹ ਸਿੱਖੋ, ਇੱਕ ਓਅੰਕਾਰ ਜਿਹਨੂੰ ਮਹਾਰਾਜ ਨੇ ਮੂਲ ਮੰਤਰ ਕਿਹਾ, ਸਿੱਖਾ ਤੇਰਾ ਮੂਲ ਹੈ, ਜਿੱਦਣ ਇੱਕ ਤੋਂ ਟੁੱਟ ਗਿਆ ਤੇਰੇ ਪੁੱਲੇ ਕੁਝ ਨਹੀਂ ਜੇ ਰਹਿਣਾ, ਆਹ ਸਭ ਕੁਝ ਵਿਆਜ ਵਿੱਚ ਮਿਲੇ ਨੇ, ਸੁੱਖ ਜਿੰਨੇ ਮਿਲੇ ਨੇ। ਜੇ ਇੱਕ ਮੂਲ ਤੋਂ ਟੁੱਟ ਗਿਆ ਫਿਰ ਪੱਲੇ ਕੁਝ ਨਹੀਂ ਰਹਿਣਾ, ਇਸ ਲਈ ਰੋਜ਼ ਜਪ, ਇੱਕ ਓਅੰਕਾਰ ਸਤਿਨਾਮ ਆਖੋ, ਇੱਕ ਓਅੰਕਾਰ। ਅੱਜ ਮਹਾਰਾਜ ਕਹਿੰਦੇ ਕੋਟ ਜੱਗ ਜਾ ਕੇ ਦਰਬਾਰ, ਕਰੋੜਾਂ ਜੱਗ ਨੇ ਉਹਦੇ ਦਰਬਾਰ ਲੱਗੇ, ਗੰਧਰਵ ਕਰੋੜਾਂ ਨੇ ਉਹਦੇ ਦਰ ਉੱਤੇ ਜੈ ਜੈਕਾਰ ਕਰਦੇ, ਉਹਦੀ ਰਾਗ ਵਿਦਿਆ ਕਹਾਉਂਦੇ। ਵਿਦਿਆ ਕੋਟ ਸਭੇ ਗੁਣ ਕਹੈ, ਤੋ ਭਾਰ ਬ੍ਰਹਮ ਕੰਤ ਨ ਲਹਿ। ਗੰਧਰਵ ਵਿਦਿਆ ਵਿੱਚ ਗਾਉਂਦੇ ਨੇ, ਰੱਬ ਦਾ ਕਿਸੇ ਨੇ ਅੰਤ ਪਾ ਲਿਆ? ਇੱਕ ਦਾ ਅੰਤ ਨਹੀਂ ਪਾ ਸਕਦੇ। 52 ਕੋਟ ਜੱਗ ਕੇ ਰੋਮਾਵਲੀ, ਅੱਗੇ ਮਹਾਰਾਜ ਨੇ ਕਿਹਾ 52 ਅਵਤਾਰ ਕਰੋੜਾਂ ਹੋਏ ਨੇ,
रावण सेना जैते छली, जिन्हां ने रावण की सेना छल ली रोमामली बन के, वह भाई इदां दे तां करोड़ां पैदा होए ने। एक एक दी व्याख्या च उन्हां दी पूजा च ना पै जाई, उहनू पूजे ने पैदा कीते। सहस कोट बहु कहत पुराण, हजारा ही करोड़ा ही पुराण, हजारा नहीं के 18,000, इदां दे करोड़ा पुराण लिखे गए इस धरती ते। कदों दी धरती बनी, किन्नी वार मिट गई, दुर्योधन जाका मथिया महान, एक दुर्योधन ना महान थोड़ी मिले, करोड़ा दुर्योधन होके चले गए थे, कोई अंत नहीं है। कंतर्प कोट जहां के लवे न तरह, कंतर्प का अर्थ है जी काम देवता, जो बहुत सुंदर जिन्हों मने। महाराज जी कहते सुंदरता की बराबरी नहीं कर सकते बराबर, पर इदां दे तां करोड़ा रब ने पैदा किए। रब तो खुद हुसन अल बाजू है कि तमाम रजू है। इसलिए भाई अंतर अंतर मन साहिर है, जिहड़ी सुंदरता सारे जीवां दा मन नूं खिच लैंदी है, हिर लैंदी है, वह परमात्मा आप सब तो वड्डा सुंदर स्वरूप है, उहदे बराबर कोई सोहना नहीं, तू उहनूं सिमर। इसलिए अखीर ते महाराज कहिंदे कहे कबीर सुन सारंग पान, दे अपै पद मंगो दान। हे रब जी आ सब करोड़ा करोड़ा ने, मैं इन्हां तों की लैणा, मैनूं तुसीं अपै दान डरदा दा दान दिओ, मैं मंगना तो एक दे दर तो मंगना। जिन्हों अज दे शब्द विच महाराज ने रहाओ बंद किया, जो जन चौ तो केवल राम, आन देव स्यो नाही काम। एक ते आसरा रखो, पर माफ करियो ये अभ्यास करदिया करदिया विश्वास होना जी, ये छेती किते नहीं हुंदा। बड़े बड़े बंदियां दा विश्वास हिल गया, बंदे नूं लगदा बंदे ज्यादा कम आ रहे हैं, उन्हां दी चापलूसी च रहिंदा है। हालांकि हजूर ने कहा मनुख की टेक बिरथी सब जान, देवन को एक है भगवान, पर चेते किथे रहिंदा। बंदे नूं डर लगदा बंदे ना रुस जान। आम दी गल छड्डो, गिणती दे माफ करो, कौमां दे विद्वानां दा शोषण हो गया। जिन्हां बंदियां कोल गुरु ने ज्ञान अपनी गल कहण वास्ते कहा सी, तू मेरी गल करनी है, तू गुरु की वड्याई करनी है, माफ करो गुरु की वड्याई करने वाले बंदियां की वड्याई च पै गए। क्यों? बंदियां करके सब कुछ हुंदा। कल एक रैली इदां दी होई, पंथ प्रस्ती रैली है जी, पंथ प्रस्ती रैली है, माफ करो जदों लोग मिनोरिटी विच रहिंदे ने, ओहदे ते रहिंदे ने, उदों पंथ चेते नहीं, बाद विच चेते आउंदे। पंथ प्रस्ती आ रिपीट हो जांदे अकाली पंजाब विच, माफ करो किसे ने नहीं सी बोलना, हुण रिपीट नहीं ते ओहदे पंथ प्रस्ती कह कह के लोग बोल गए। और फिर वड्डे वड्डे प्रचारक लोग ट्रालियां भर भर के रैली में भेज रहे, वो फलाने प्रचारक ने सानू ट्रालियां बंदियां दी भेजियां, हद हो गई गल, प्रचारक बंदे ट्रालियां भर के हुण रैली च भेजण। ये किधर नूं संसार तुर पिया, पंथ किधर तुर पिया। गुस्ताखी माफ, सतगुरु गुरु ग्रंथ साहिब महाराज नजर करन, असीं गुरु दे पंथ दे वफादार रहीए, सानू गुरु दे चौवरदार बनाया, उहदे चौवरदार रहीए, गुरु दे झाड़ू वरदार रहीए। और सतगुरु गुरु ग्रंथ साहिब महाराज नजर करन, प्रचारकां नूं वी सोझी आवे, असीं गुरु दा प्रचार करिए बंदियां दा नहीं। ये नहीं व्या जो उहने रखी ते उधर तरन तारन भर के ट्रालियां लै, इको गल है। गुरु ग्रंथ साहिब महाराज नजर करन, इस दर दे झाड़ू फेरीए, ये मरण तो बाद भी लोक विच सोभा रहेगी, बंदियां दी वड्याई जिउंदियां जी खुस जांदी। आओ सतगुर ने बचन किया, एक नूं जप जो जंचो तो केवल राम, कहो प्यार नाल, समा समाप्त है, दो सकिंट रह गए ने, मिलके कहो सारे। गुरु ग्रंथ साहिब महाराज का ध्यान करके, एको है भाई एको है साहिब मेरा, एको है भाई साहिब मेरा, एको है। पुल चुक दी खिमा बख्शनी, समूह प्रबंधक संगतां का धन्यवाद, कोटन कोट शुक्र गुरु ग्रंथ साहिब महाराज जी का। कल की सेवा सीसगंज साहब है, सब का धन्यवाद, सीस बख्शो। फतेह बुलाओ, वाहिगुरु जी का खालसा, वाहिगुरु जी की फतेह।